ਅਸਲਾਮੁਆਲਿਕ ਨਾਜ਼ਰੀਨ ਮੈਂ ਹਾਂ ਸਰਦਾਰ ਇਕਬਾਲ ਤੇ ਤੁਸੀਂ ਦੇਖ ਰਹੇ ਹੋ ਸਰਦਾਰ ਇਕਬਾਲ ਅਫੀਸ਼ੀਅਲ ਚੈਨਲ ਅੱਜ ਮੈਂ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਹਾਂ ਬੇ ਬੜੇ ਫੱਡੇ ਨੇ ਉਹਨਾਂ ਦੇ ਅਸੀਂ ਅਮਰੀਕਾ ਜਾ ਕੇ ਪੁੱਛਿਆ ਤੇ ਉਹ ਕਹਿੰਦੇ ਨੇ ਜੀ ਉਹ ਇੱਥੋਂ ਦੇ ਨੇ ਚਨੋਟ ਚੰਗ ਇਧਰ ਵਾਲੇ ਕਹਿੰਦੇ ਨੇ ਸਾਡੇ ਨੇ ਲਹਿਲਪੁਰ ਵਾਲੇ ਕਹਿੰਦੇ ਨੇ ਸਾਡੇ ਨੇ ਰਾਵਲਪਿੰਡੀ اسلامਾਬਾਦ ਵਾਲੇ ਕਹਿੰਦੇ ਨੇ ਸਾਡੇ ਨੇ ਅੱਜ ਜੋ ਸੱਚੇ ਵੀ ਉਹ ਕਿੱਥੋਂ ਦੇ ਨੇ 10 ਦਿਨ ਮਤਲਬ ਉਹ ਇਹਨੇ ਕਹਿੰਦੇ ਮੈਂ ਕੋ ਕਾਫਦਾ ਵਾਂ ਤੇ ਆਓ ਤੁਹਾਡੀ ਮੁਲਾਕਾਤ ਕਰਾਣੇ ਜਨਾਬ ਇਫਤਖਾਰ ਠਾਕਰ ਸਾਹਿਬ ਜੀ ਅਸਲਾਮੁਅਲਿਕਮ ਅਸਲਾਮੁਅਲਿਕਮ ਯਾਰ ਐਸ ਸਾਚਦਾ ਜੀ ਕਿਹੜੇ ਇਲਾਕੇ ਦੇ ਖੁਦਾ ਦੇ ਵਾਸਤੇ ਬੜਾ ਹੀ ਫੱਡਾ ਪਾਇਆ ਤੁਸੀਂ ਹਾਂਜੀ ਹਰ ਪਾਸੇ ਜਿੱਥੇ ਜਾਇਦੋ ਕਹਿੰਦੇ ਜੀ ਇੱਥੋਂ ਨੇ ਗਏ ਨਹੀਂ ਠਾਕਰ ਸਾਹਿਬ ਉਧਰ ਚਾਂਗਲ ਜੇ ਕਹਿੰਦੇ ਸਾਡੇ ਵਾਲੇ ਜੀ ਇੱਥੋਂ ਗਏ ਨਹੀਂ ਹੁਣੇ ਹੀ ਹਾਂਜੀ ਤੋ ਕਿੱਥੋਂ ਦੇ ਹੈ ਤੁਸੀਂ ਕਿੱਥੋਂ ਦੇ ਤੁਸੀਂ ਫਿਰਦੇ ਮਲਤਾਨ ਵਾਲੇ ਵੀ ਫੱਡਾ ਪਾ ਕੇ ਬੈਠ ਹੁੰਦੇ ਨੇ ਸਾਈ ਸਾਡੇ ਨੇ ਤੇ ਸਾਈ ਤੁਸੀਂ ਹੈ ਕਿੱਥੋਂ ਦੇ ਸਹੀ ਆਦਾ ਸਾਈ ਆਵਾ ਸੰਦੇ ਜੋ ਬਿਠੋ ਹੋਇਆ ਇਹਦੇ ਬਤਨ ਦੀ ਸੇਨ ਦਾ ਕੋਈ ਦੱਸੋਗੇ ਇਹ ਵੀ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਸਿਵਲ ਸਰਕਾਰ ਗਏ ਇਕੱਠੇ ਹੀ ਹੈ ਜੀ ਤੇ ਉੱਥੇ ਮੈਨੂੰ ਲੱਗ ਰਿਹਾ ਸੀ ਸਿੰਧ ਦੇ ਰਹਿਣ ਵਾਲੇ ਹੋ ਹੈ ਜੀ ਉਦੋਂ ਪਰਿਵਲ ਚਾਂਦ ਗੇ ਡਾਕੂ ਬਹੁਤ ਸੀ ਤੇ ਮੈਨੂੰ ਲੱਗਣ ਲੱਗੇ ਤੁਸੀਂ ਕੋਦੇ ਕੋਈ ਕਰੀਬੀ ਕਰੀਬੀ ਦੋਸਤ ਹੋ ਹੈ ਜੀ ਤਾਂ ਸਹੀ ਗੱਲ ਖੋਲਦੇ ਹੋ ਕਿੱਥੋਂ ਦੇ ਭਾਜੀ ਬਿਸਮਿਲਲਾ ਰਹਿਮਨ ਰਹੀਮ ਸਰਦਾਰ ਸਾਹਿਬ ਸਭ ਤੋਂ ਪਹਿਲੇ ਤੇ ਮੈਂ ਨੇ ਜੀ ਤੁਹਾਨੂੰ ਬੜੀ ਮੁਬਾਰਕਬਾਦ ਪੇਸ਼ ਕਰਨਾ ਹੈ ਮੈਂ ਕਹਿੰਦੇ ਤੁਹਾਡੀ ਜ਼ਰਾ ਨਵਾਜ਼ੀ ਤੁਸੀਂ ਟਾਈਮ ਦਿੱਤਾ ਇਹ ਤੁਸੀਂ ਸਰਦਾਰ ਕਮਾਲ ਆਫੀਸ਼ੀਅਲ ਚੈਨਲ ਬਣਾ ਕੇ ਨਾ ਜੀ ਜਿੱਥੇ ਜਿੱਥੇ ਪੰਜਾਬੀ ਸੁਣਨ ਵਾਲੇ ਲੋਕ ਨੇ ਨਾ ਜੀ ਉਹਨਾਂ ਤੇ ਬੜਾ ਵੱਡਾ ਇਹਿਸਾਨ ਕੀਤਾ ਬੜੀ ਤੁਹਾਡੀ ਮੁਹੱਬਤ ਵਸੇ ਉਹਨਾਂ ਦੀ ਵੀ ਮੁਹੱਬਤ ਜੀ ਜਿਹੜੇ ਵੇਖਦੇ ਨੇ ਜੀ 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 ਮੈਂ ਜਿੱਥੇ ਤੁਸੀਂ ਬੈਠੇ ਹੋ ਨਾ ਜੀ ਇੱਥੇ ਬਹਿ ਕੇ ਤੇ ਟੈਲੀਵਿਜ਼ਨ ਦੇ ਉੱਤੇ ਜਦੋਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਹਾਂ ਨਾ ਜੀ ਬੜੀ ਬੜਾ ਤੇ ਮੈਂ ਨਾ ਸਾਰਿਆਂ ਨੂੰ ਕਹਿ ਦਿੰਦਾ ਕਿ ਇੱਕ ਮਿੰਟ ਚੁੱਪ ਕਰ ਜਿਓ ਤੇ ਪਿੱਛੇ ਕਿਉਂਕਿ YouTube ਦੇ ਉੱਤੇ ਬੜੇ ਚੈਨਲ ਨੇ ਯਾਰ ਬੰਦੇ ਦਾ ਚੈਨਲ ਹੈ ਬਿਲਕੁਲ ਸਹੀ ਲੇਕਿਨ ਸਰ ਮਿਆਰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਅੱਛਾ ਕਾਮਯਾਬੀ ਕੀ ਹੈ ਕਿ ਕੋਈ ਵੀ ਪ੍ਰੋਗਰਾਮ ਜਿਹੜਾ ਹੈਗਾ ਜਿਹੜਾ ਟੈਲੀਵਿਜ਼ਨ ਤੇ ਚੱਲ ਰਿਹਾ ਹੈ ਕਿਉਂਕਿ ਟੈਲੀਵਿਜ਼ਨ ਕਰਦਾ ਇੱਕ ਹਿੱਸਾ ਬਿਲਕੁਲ ਸਹੀ ਮਜ਼ਾ ਤਾਂ ਆਏ ਵੀ ਸਸਰ ਆਪਣੀ ਬਹੂ ਨਾਲ ਬੈਠ ਕੇ ਦੇਖ ਲਵੇ ਬਿਲਕੁਲ ਸਹੀ ਦਰੁਸਬਾਤ ਬੇਟਾ ਆਪਣੀ ਮਾਂ ਨਾਲ ਬੈਠ ਕੇ ਦੇਖ ਲਵੇ ਜਿੰਦਾਬਾਦ ਤੇ ਮਾਂ ਆਪਣੀ ਬੇਟੀ ਨਾਲ ਬੈਠ ਕੇ ਦੇਖ ਲਵੇ ਬਿਲਕੁਲ ਪੂਰੇ ਕੌਨਫੀਡੈਂਸ ਨਾਲ ਇਸੇ ਤਰ੍ਹਾਂ ਇਸੇ ਤਰ੍ਹਾਂ ਇਹ ਜਿੱਤ ਹੁੰਦੀ ਹੈ ਬਿਲਕੁਲ ਸਹੀ ਔਰ ਤੁਹਾਡਾ ਜਿਹੜਾ ਚੈਨਲ ਹੈਗਾ ਸਰਦਾਰ ਕਮਾਲ ਅਫੀਸ਼ੀਅਲ ਇਹਦੀ ਇਹ ਜਿੱਤੇ ਇਹ ਜ਼ਰਨਵਾਜ਼ੀ ਤੁਹਾਡੀ ਜੀ ਤੁਸੀਂ ਮੇਰੇ ਲਈ ਕਿਸੇ ਅਵਾਰਡ ਤੋਂ ਘੱਟ ਗੱਲ ਨਹੀਂ ਕਿ ਠਾਕਰ ਸਾਹਿਬ ਮੇਰੇ ਲਈ ਇਹ ਗੱਲ ਕਰ ਰਹੇ ਨੇ ਸਰ ਬੜੇ ਫਨਕਾਰ ਆਏ ਨੇ ਇਨਸ਼ਾ ਅੱਲਾਹ ਬੜੇ ਫਨਕਾਰ ਆਏ ਨੇ ਤੁਹਾਡੇ ਨਾਲ ਬੜੇ ਫਨਕਾਰ ਤੁਹਾਡੇ ਕੋਲ ਆਏ ਨੇ ਔਰ ਕਿਸੇ ਦੇ ਚਿਹਰੇ ਤੇ ਮਲਾਲ ਨਹੀਂ ਸੀ ਹੈ ਤੁਹਾਡੀ ਗੁਫ਼ਤਗੂ ਔਰ ਉਹਨਾਂ ਦਾ ਗੋ ਤੁਹਾਡੀ ਇੱਜ਼ਤ ਦੇ ਵਿੱਚ ਬੋਲਣਾ ਬੜੀ ਮੁਹੱਬਤ ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਸੀ ਕਿਉਂਕਿ ਸਰਦਾਰ ਕਮਾਲ ਸਿਰ ਤੁਸੀਂ ਕੋਈ ਆਮ ਨਹੀਂ ਤੁਸੀਂ ਜੈਨੂਨ ਸਰਦਾਰ ਹੋ ਸਲਾਮਤ ਰਹੋ ਔਰ ਆਪਣੇ ਕਮਾਲ ਦੇ ਵਿੱਚ ਸਰਦਾਰ ਹੋ ਮੈਂ ਤੁਹਾਡੇ ਨਾਲ ਫਿਲਮ ਵੀ ਕੀਤੀ ਹੈ ਮੈਂ ਤੁਹਾਡੇ ਨਾਲ ਥੀਏਟਰ ਵੀ ਕੀਤਾ ਹੈ ਮੈਂ ਇਹ ਸਮਝਨਾ ਕਿ ਸਫਰ ਵੀ ਕੀਤਾ ਹੈ ਸਫਰ ਬੜਾ ਮੈਸਰ ਬਲਕਿ ਸਫਰ ਜਿਹੜਾ ਤੁਹਾਡਾ ਮੈਂ ਹਾਜ਼ਰ ਕੀਤਾ ਮੈਂ ਇਸ ਤੋਂ ਪਹਿਲੇ ਇੱਕ ਦਿਨ ਲਾਈਵ ਜਾ ਰਿਹਾ ਸਾਂ ਤੇ ਮੈਂ ਬਲਕਿ ਆਪਣੀ ਆਡੀਅנס ਦੱਸਿਆ ਕਿ ਜੀ ਮੈਨੂੰ ਹਾਜੀ ਇਫਤਖਾਰ ਠਾਕਰ ਸਾਹਿਬ ਨੇ ਹਾਜ਼ਰ ਕਰਾਇਆ ਹੈ ਔਰ ਮੈਂ ਦੱਸਿਆ ਕਿ ਮੈਂ ਬੋਸਾ ਲੈਣਾ ਚਾਹ ਰਿਹਾ ਸਾਂ ਅਜ ਰਸਵਦ ਤੇ ਮੇਰੇ ਕੋਲ ਨਹੀਂ ਸੀ ਲੈ ਜਾ ਸਕਦਾ ਮੈਂ ਕਿੰਨੇ ਦਿਨ ਸਟਰਗਲ ਕਰਿਆ ਵਾ ਉਹ ਤਰੀਕਾ ਹਾਜੀ ਸਾਹਿਬ ਨੂੰ ਆਂਦਾ ਸੀ ਤੇ ਉਹਨਾਂ ਨੇ ਕਿਹਾ ਤੁਸੀਂ ਮੇਰੇ ਨਾਲ ਜਿੱਦ ਦਿਨ ਜਾਣਾ ਉਦੋਂ ਹੀ ਤੁਸੀਂ ਬੋਸਾ ਲੈ ਹੋਗੇ ਤੇ ਫਿਰ ਸੱਚੀ ਗੱਲ ਹੋਈ ਕਿ ਤੁਸੀਂ ਉਹ ਨਾਲ ਲੱਗ ਗਏ ਹੋ ਤੇ ਫਿਰ ਤੁਸੀਂ ਮੈਨੂੰ ਬੋਸਾ ਦਵਾਇਆ ਕਿ ਜੀ ਇਹ ਕ੍ਰਾਸ ਕਰਕੇ ਤੇ ਫਿਰ ਕਿਵੇਂ ਉਹ ਟ੍ਰੌਟ ਮੱਛੀ ਵਾਂਗੂ ਸੀ ਪਿੱਛੇ ਗਿਆ ਔਰ ਮਨ ਚੰਗੀ ਤਰ੍ਹਾਂ ਯਾਦ ਹੈ ਕਿ ਤੁਸੀਂ ਮੇਰੇ ਉੱਤੇ ਖੜੋਤੇ ਹੋ ਤੁਸੀਂ ਮੈਨੂੰ ਕਿਹਾ ਰੱਜ ਕੇ ਬੋਸੇ ਲੈ ਲਓ ਕੋਈ ਨਹੀਂ ਜਾਂਦਾ ਔਰ ਮੈਂ ਰੱਜ ਕੇ ਬੋਸੇ ਲੈ ਲਏ ਨੇ ਔਰ ਹਾਜਦੇ ਦਿਨਾਂ ਚ ਤੇ ਸੱਚ ਤੇ ਇਹਦਾ ਹਜਰ ਤੇ ਤੁਹਾਨੂੰ ਅੱਲਾ ਨੇ ਦੇਣਾ ਫਿਰ ਤੁਸੀਂ ਮਾਸ਼ਾਅੱਲਾ ਮੇਰੀ ਨਹੀਂ ਮਤਲਬ ਜਿਹੜੇ ਵੀ ਤੁਹਾਡੇ ਨਾਲ ਹਜਤੇ ਜਾਂਦੇ ਨੇ ਲੋਕ ਤੁਸੀਂ ਉਹਨਾਂ ਦੀ ਸਾਰਿਆਂ ਦੀ ਖਿਦਮਤ ਕੀਤੀ ਔਰ ਉੱਥੇ ਜਾ ਕੇ ਮੈਨੂੰ ਇੰਜ ਲੱਗਦਾ ਹੈ ਖੁਦਾ ਦੀ ਕਸਮੇ ਕਿ ਜਿਵੇਂ ਠਾਕਰ ਸਾਹਿਬ ਚ ਅੱਲਾ ਦੇ ਕੋਈ ਪਤਾ ਨਹੀਂ ਕਿਹੜੀ ਤਾਕਤ ਪਾਤੀ ਕਿ ਤੁਸੀਂ ਇਹ ਨਾ ਥੱਕ ਜਾਂਦਾ ਹਜਤੇ ਜੀ ਜਿਵੇਂ ਕੋਈ ਕਈ ਸੜਨਾ ਖਵਾਂਤੀਆਂ ਸਾਂ ਬਜ਼ੁਰਗ ਖਵਾਂਤੀਆਂ ਸਾਂ ਉਪੋ ਲਗੀਆਂ ਉਹ ਜਿੱਥੋਂ ਅਸੀਂ ਟੁਰਕਿਆ ਕਿੰਨਾ ਸਫਰ ਸੀ ਜੋ ਅਮਾ ਜੀ ਉੱਥੇ ਰਿਹੜੀ ਤੇ ਨੇ ਤਾਂ ਮੈਂ ਕਿ ਹੁਣ ਕੌਣ ਜਾਏਗਾ ਤੇ ਤੁਸੀਂ ਜੇਓ ਤੁਸੀਂ ਅਮਾ ਜੀ ਨੂੰ ਨਾਲ ਵੀ ਲੈ ਕੇ ਆਇਓ ਇਹ ਤੁਹਾਡਾ ਤੇ ਤੁਹਾਡੇ ਅੱਲਾ ਦਾ ਮਾਮਲਾ ਹੈ ਤੇ ਇਹਨੂੰ ਵੀ ਜਾਰੀ ਸਾਰੀ ਰੱਖੋ ਤੇ ਗੱਲ ਅਸਲ ਏਸੀ ਅਜ ਦੱਸਣਾ ਪਏਗਾ ਤੁਹਾਨੂੰ ਕਿ ਤੁਸੀਂ ਹੈ ਕਿਹੜੇ ਇਲਾਕੇ ਦੇ ਮੈਂ ਤੇ ਬੜਾ ਵਲਾਇਆ ਹਾਂ ਉਸਤਾਦ ਜੀ ਮੈਂ ਉੱਥੇ ਹੀ ਲੈਣਾ ਨਾ ਕੁਐਸਚਨ ਉਸਤਾਦ ਜੀ ਮੈਂ ਨਾ ਜੀ ਸਟਰਗਲ ਬੜੀ ਕੀਤੀ ਮੈਂ ਮਿਆਂ ਚੰਨੂ ਰਿਆ ਮੈਂ ਮਿਆਂ ਚੰਨੂ ਪੜਿਆ ਬੇਸਿਕਲੀ ਨਾ ਜੀ ਮੈਂ ਕੁਹਾੜਚ ਪੈਦਾ ਹੋਇਆ ਹਾਂ ਮੇਰੇ ਵਾਲਦ ਸਾਹਿਬ ਜਿਹੜੇ ਸਨ ਜੀ ਉਹ ਆਰਮੀ ਸਨ ਸਿਗਨਲ ਕੋਰ ਵਿੱਚ ਮਾਸ਼ਾਅੱਲਾ ਅੱਛਾ ਜੀ ਮੇਰਾ ਜਿਹੜਾ ਖਾਨਦਾਨ ਹੈ ਨਾ ਸਰ ਉਹ ਫੌਜੀ ਖਾਨਦਾਨ ਹੈ ਵਾਹ ਸਾਡੇ ਵਿੱਚ ਨਾ ਜੀ ਇਹ ਡੈਫੀਨਿਟ ਗੱਲ ਹੈਗੀ ਹੈ ਕਿ ਇੱਕ ਬੱਚਾ ਫੌਜ ਵਿੱਚ ਜਾਏ ਲਾਜ਼ਮੀ ਜਾਏਗਾ ਲਾਜ਼ਮੀ ਜਾਏਗਾ ਅੱਛਾ ਜੀ ਤੇ ਉਹ ਅੱਲਾ ਦੀ ਇਹ ਮੱਖੀ ਤੋਂ ਟੱਕਰ ਮਾਰਨਾ ਚਾਹ ਰਹੀ ਮੈਨੂੰ ਕੱਢ ਦੇ ਨਿਕਲ ਜਾ ਆਪਸ ਵਿੱਚ ਲੜਦੇ ਚੰਗੇ ਨਹੀਂ ਲੱਗਦੇ ਤੁਸੀਂ ਅੱਛਾ ਜੀ ਫੌਜ ਚ ਤੁਹਾਡਾ ਇੱਕ ਬੱਚਾ ਜ਼ਰੂਰ ਜਾਏਗਾ ਫੈਮਿਲੀ ਚ ਜਾਏਗਾ ਸਰ ਇਹ ਵਸੀਅਤ ਹੁੰਦੀ ਅੱਛਾ ਜੀ ਕਿ ਇੱਕ ਬੱਚਾ ਇਸ ਮੁਲਕ ਤੋਂ ਕੁਰਬਾਨ ਕਰਨਾ ਮਾਸ਼ਾਅੱਲਾ ਬਹੁਤ ਅੱਛਾ ਜਜ਼ਬਾ ਹੈ ਸਰ ਮੈਂ ਬੜੀ ਕੋਸ਼ਿਸ਼ ਕੀਤੀ ਕਿ ਉਹ ਮੇਰੀ ਕੁਰਬਾਨੀ ਹੁੰਦੀ ਲੇਕਿਨ ਮੇਰਾ ਭਾਈ ਆਫਤਾਬ ਅਹਿਮਦ ਜਿਹੜਾ ਸੀ ਨਾ ਜੀ ਉਹਦੀ ਕਿਸਮਤ ਜਾਗੀ ਉਹ ਫੌਜੇ ਚਲਾ ਗਿਆ ਮੈਂ ਰਹਿ ਗਿਆ ਸਰ ਪਰਤੀ ਹੁਣ ਮੈਂ ਗਿਆ ਸਾਂ ਲੇਕਿਨ ਉਸ ਬੰਦੇ ਨੇ ਮੈਂ ਪਹਿਲੇ ਵੀ ਕਈ ਜਗ੍ਹਾ ਤੇ ਸੁਣਾ ਤੁਹਾਡੀ ਸੀਨੀ ਪੂਰੀ ਨਹੀਂ ਨਿਕਲੀ ਆ ਮੇਰੀ ਸੀਨੀ ਪੂਰੀ ਸੀ ਸਰ ਅੱਛਾ ਹਾਂ ਲੇਕਿਨ ਉਹ ਜਿਹੜਾ ਜਵਾਨ ਪਰਤੀ ਕਰ ਰਿਹਾ ਸੀ ਨਾ ਜੀ ਉਹਨੇ ਕਿਹਾ ਪੁੱਤਰ ਤੈਨੂੰ ਮੈਂ ਇਸ ਵਾਸਤੇ ਨਹੀਂ ਵਰਤੀ ਕਰਨਾ ਕਿ ਤੇਰੀ ਵਜ੍ਹਾ ਤੋਂ ਨਾ ਜੀ ਦੋ ਬੰਦੇ ਬਚਣੇ ਮੈਂ ਕਿ ਦੋ ਬੰਦੇ ਕਿਸ ਤਰ੍ਹਾਂ ਬੱਜਣੇ ਉਹਨੇ ਕਿ ਪੁੱਤਰ ਤੇਰੇ ਚ ਗੋਲੀ ਨਿਕਲ ਕੇ ਪਿਛਲੇ ਨਾ ਆ। ਇਸ ਵਾਸਤੇ ਮੈਂ ਤੈਨੂੰ ਵਰਤੀ ਨਹੀਂ ਕਰਨਾ ਤੂੰ ਪੁੱਤਰ ਆਰਾਮ ਕਰ ਤੇਰੇ ਲੋ ਹੋ ਗਿਆ ਤੂੰ ਫੌਜੀ ਮੈਂ ਸलाम ਪੇਸ਼ ਕਰਨਾ ਉਹਨਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਇਹ ਗੱਲ ਦੱਸੀ। ਹਾਂਜੀ ਅੱਛਾ ਜੀ ਤੇ ਹੁਣ ਆ ਹਫਤਾ ਸੋ ਤੁਹਾਡੇ ਪਾਈ ਫੌਜ ਨੇ ਹਾਂਜੀ ਉਹ ਵੀ ਵਾਪਸ ਆ ਗਏ ਸਰ ਮੈਡੀਕਲ ਕੋਰਚੋਂ ਵਾਪਸ ਆ ਗਏ ਨਾ ਖਵਾਰ ਤੋਂ ਤੁਸੀਂ ਪੈਦਾ ਹੋਏ ਹਾਂਜੀ ਹਾਂਜੀ ਤੇ ਬਚਪਨ ਜਵਾਨੀ ਜਿੱਥੇ ਤੁਸੀਂ ਗੁਜ਼ਾਰੀ ਓਥੇ ਮੀਆਂ ਚੰਨੋ ਸਰ ਅੱਛਾ ਮੀਆਂ ਚੰਨੋ ਜੀ ਮੇਰੇ ਵਾਲਾ ਸਭ ਚੁੱਕੇ ਟ੍ਰਾਂਸਫਰ ਹੋ ਜਾਂਦੇ ਸਨ ਕਦੀ ਕਿਧਰੇ ਕਦੀ ਕਿਧਰੇ ਫਿਰ ਬੱਚੇ ਨਾਲ ਨਾਲ ਚੱਲਦੇ ਰਹਿੰਦੇ ਸਨ ਲੇਕਿਨ ਮੇਰੇ ਤੋਂ ਬਾਅਦ ਨਾ ਜੀ ਜਦੋਂ ਉਹ ਅਬਦੁਲ ਹਕੀਮ ਛਾਉਨੇ ਦੇ ਵਿੱਚ ਆਏ ਤੇ ਮੀਆਂ ਚੰਨੋ ਘਰ ਬਣਾਇਆ ਕਿਉਂਕਿ ਬਾਕੀ ਚਾਚੇ ਤਾਏ ਸਾਰੇ ਇਹ ਮੀਆਂ ਚੰਨੋ ਸਨ ਓਥੇ ਘਰ ਬਣਾਇਆ ਉਤੋਂ ਫਿਰ ਮੈਂ ਮਲਤਾਨ ਗਿਆ ਮੈਂ میٹرک ਦਾ ਇਗਜ਼ਾਮ ਮੇਰਾ ਬੋਰਡ ਮਲਤਾਨ ਸੀ ਅੱਛਾ ਜੀ ਐਫਏ ਮੈਂ ਕੀਤਾ ਜੀ ਕਰਾਚੀ ਤੋਂ ਕਿਉਂਕਿ ਮੇਰੇ ਵਾਲਦ ਸਾਬ ਉਦੋਂ ਕਰਾਚੀ ਪਾਕਿਸਤਾਨ ਕੋਸਟ ਗਾਰਡ ਹੈਡਕੁਆਟਰ ਚ ਸਨ ਐਫਏ ਕਰਕੇ ਤੇ ਫਿਰ ਮੈਂ اسلامਬਾਦ ਆ ਗਿਆ ਯਾਨੀ ਪਿੰਡੀ ਦੇ ਏਰੀਆ ਦੇ ਵਿੱਚ ਗ੍ਰੈਜੂਏਸ਼ਨ ਮੈਂ ਉਥੋਂ ਕੀਤੀ ਹੂੰ ਉਸ ਦੌਰਾਨ ਮੈਂ ਕਾਫੀ ਇਲਾਕਾ ਫਿਰਿਆ ਮੈਂ ਨਾ ਜੀ ਹਰ ਜ਼ੁਬਾਨ ਵਿੱਚ ਫਿਲਮ ਕੀਤੀ ਸੁਰਾਈ ਕਿ ਕੀਤੀ ਪਠਵਾਰਿਸ਼ ਕੀਤੀ ਜੰਗੋਟੀ ਚ ਕੀਤੀ ਪੰਜਾਬੀ ਚ ਕੀਤੀ ਸਿੰਧ ਚ ਕੀਤੀ ਮੇਰੇ ਖਿਆਲ ਤੁਸੇ ਕੋ ਗੁੰਗੀਆਂ ਫਿਲਮਾਂ ਵੀ ਕਰਦੇ ਹੋ ਮਾਸ਼ੱਲਾ ਤੁਸੇ ਕੋਈ ਇਲਾਕਾ ਛੱਡਿਆ ਹੀ ਨਹੀਂ ਜਿੱਧਰ ਗਏ ਕੋਈ ਤੁਹਾਡੀ ਕੋਈ ਨਾ ਕੋਈ ਫਿਲਮ ਸਨ ਨਜ਼ਰ ਆਈ ਹੈ ਕਿ ਵੀ ਮਲਤਾਨ ਗਏ ਤੋ ਉੱਥੇ ਵੀ ਫਿਲਮ ਮੈਂ ਫਿਰ ਪਟਵਾਰੀ ਫਿਲਮ ਮੈਂ ਤੁਹਾਡੀਆਂ ਉਹ ਬੜਾ ਬਲਕੇ ਹਿੱਟ ਫਿਲਮ ਹੋਈ ਸੀ ਉਹ ਮੀਕੀ ਖੜੋ ਇੰਗਲੈਂਡ ਮੈਂ ਖੜੋ ਮੀਕੀ ਖੜੋ ਇੰਗਲੈਂਡ ਜਿਹੜੀ ਸੀ ਉਹ ਪਟਵਾਰੀ ਫਿਲਮ ਪਟਵਾਰੀ ਫਿਲਮ ਸੀ ਤੇ ਸੋਨਾ ਸਾਂਵਲ ਔਰ ਫੰਨੇ ਖਾਂ ਅੱਛਾ ਜੀ ਸਰਾਈ ਕੀ ਫਿਲਮਾਂ ਸੰਜੀ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਜਿਹੜੇ ਇਹ ਲੋਕ ਲੋਕਲ ਫਨਕਾਰ ਹੈਗੇ ਨੇ ਡਾਇਰੈਕਟਰ ਨੇ ਰਾਈਟਰ ਨੇ ਉਹਨਾਂ ਕੰਮ ਲੱਗੇ ਰਹਿਣ ਕੁਛ ਨਾ ਕੁਛ ਕਰਦੇ ਰਹਿਣ ਬੇਹਤਰੀ ਇਹ ਗੱਲ ਹੈ ਮੇਰੇ ਗੱਲ ਸੁਣੋ ਇਹ ਸੋਚ ਤੁਹਾਨੂੰ ਅੱਲਾ ਨੇ ਦਿੱਤੀ ਹੈ ਕਿ ਤੁਸੀਂ ਚਾਹੇ ਕਿ ਜਿਹਦੀ ਕੋ ਖੁਆਇਸ਼ ਹੈ ਮਤਲਬ ਲਾਹੌਰ ਨਹੀਂ ਆ ਸਕਦਾ ਜਾਂ ਵੱਡਾ ਉਹ ਕੈਮਰਾ ਇਸਤੇਮਾਲ ਨਹੀਂ ਕਰ ਸਕਦਾ ਤੁਸੀਂ ਉਹਨਾਂ ਦੇ ਚਾਹ ਉਹਨਾਂ ਦੇ ਸ਼ਹਿਰਾਂ 'ਚ ਜਾ ਕੇ ਲਾਹਤ ਤੇ ਨੀ ਬਣਾ ਲਓ ਯਾਰ ਪਰ ਫਿਲਮ ਚੱਲੀਆਂ ਵੀ ਹਸਨ ਮਚ ਵੀ ਲੱਗੀ ਹੈ ਫਿਰ ਉਹਨਾਂ ਨੂੰ ਬੜੀ ਜਿਵੇਂ ਕਿ ਮिक्की ਖੜੋ ਇੰਗਲੈਂਡ ਉਹ ਪੂਰੀ ਹਿੱਟ ਹੋਈ ਫਿਲਮ ਜੀ ਪੂਰੀ ਦੁਨੀਆ 'ਚ ਜੀ ਪੂਰੀ ਦੁਨੀਆ ਦੇ ਜੀ ਜੀ ਉਹ ਸੀ ਲੰਡਨ ਜਿੱਥੇ ਵੀ ਜਿਸ ਘਰ ਵੀ ਗ ਮਤਲਬ ਸਾਨੂੰ ਹਰੀ ਮਰਚ ਲੱਭੀ ਨਹੀਂ ਲੱਭੀ ਜਾਂ ਨਿੰਬੂ ਲੱਭੇ ਨਹੀਂ ਲੱਭੇ ਉਹ ਫਿਲਮ ਜ਼ਰੂਰ ਲੱਭੀ ਸਾਨੂੰ ਹਾਂਜੀ ਇੱਕ ਉੱਥੇ ਨਾ ਜੀ ਮਿਰਜ਼ਾ ਵੀਡੀਓ ਦੇ ਨਾਮ ਤੋਂ ਇੱਕ ਦੁਕਾਨ ਹੈਗੀ ਮੈਂਚੈਸਟਰ ਹਾਂਜੀ ਮਿਰਜ਼ਾ ਵੀਡੀਓ ਵਾਲੇ ਉਸ ਬੰਦੇ ਨੇ ਕਿਹਾ ਜੀ ਕਿ ਮੈਂ 65 ਲੱਖ ਰੁਪਏ ਦਾ ਬਿਜ਼ਨਸ ਕੀਤਾ ਹੈ ਦੋ ਹਫ਼ਤਿਆਂ ਦੇ ਵਿੱਚ ਇੱਕ ਫਿਲਮ ਤੋਂ ਬਿਲਕੁਲ ਕੀਤਾ ਹੈ ਠੀਕ ਹੈ ਬਿਲਕੁਲ ਕੀਤਾ ਸਰਾਇ ਕੀ ਫਿਲਮ ਇੱਕ ਮੇਰੀ ਹੈਗੀ ਸੀ ਜੀ ਜ਼ਵਾਰ ਬਲੋਚ ਸਾਹਿਬ ਨੇ ਉਹਨੂੰ ਡਾਇਰੈਕਟ ਕੀਤਾ ਸੀ ਅੱਛਾ ਜੀ ਸੋਨਾ ਸਾਵਲ ਉਹਦਾ ਇੱਕ ਰਿਕਾਰਡ ਹੈ ਕਿ ਰੈਕਸ ਸਿਨੇਮਾ ਦੇ ਵਿੱਚ ਲੱਗੀ ਸੀ ਜੀ ਵੱਡਾ ਜਿਹੜਾ ਸਿਨੇਮਾ ਸੀ ਉਹਦੇ 'ਚ ਸਲਮਾਨ ਖਾਨ ਸਾਹਿਬ ਦੀ ਫਿਲਮ ਲੱਗੀ ਸੀ। ਹਮਮ। ਛੋਟੇ ਸਿਨੇਮੇ ਸਾਡੀ ਫਿਲਮ ਲੱਗੀ ਸੀ। ਲੇਕਿਨ 2 ਦਿਨ ਤੋਂ ਬਾਅਦ ਸਿਨੇਮਾ ਸ਼ਿਫਟ ਕਰਨਾ ਪਿਆ ਕਿ ਇਧਰ ਜਿੰਨੇ ਬੰਦੇ ਅੰਦਰ ਹੁੰਦੇ ਸਨ ਉਹਨੇ ਬਾਹਰ ਹੁੰਦੇ ਸਨ। ਵਾਹ। ਉਹਨਾਂ ਨੇ ਫਿਰ ਸਲਮਾਨ ਖਾਨ ਸਾਹਿਬ ਦੀ ਫਿਲਮ ਛੋਟੇ ਸਿਨੇਮੇ 'ਚ ਲਿਆਂਦੀ ਔਰ ਸਾਡੀ ਫਿਲਮ ਵੱਡੇ ਸਿਨੇਮੇ 'ਚ ਲਿਆਂਦੀ। ਦੇਖੋ ਜੀ ਸਲਮਾਨ ਖਾਨ ਸਾਹਿਬ ਵੀ ਆਪਣੀ ਜਗ੍ਹਾ ਸੁਪਰਸਟਾਰ ਨੇ। ਕੋਈ ਉੱਛ ਸ਼ੱਕ ਨਹੀਂ। ਤੇ ਇਹਦੇ 'ਚ ਇਹ ਵੀ ਸ਼ੱਕ ਨਹੀਂ ਹੈ ਕਿ ਸਾਡੇ ਇਫਤਖਾਰ ਠਾਕਰ ਸਾਹਿਬ ਵੀ ਅੱਲਾਹ ਦੀ ਰਹਿਮਤ ਨਾਲ ਵੱਡੇ ਸੁਪਰਸਟਾਰ ਨੇ ਕਿ ਦੁਨੀਆ ਤੇ ਤੁਹਾਡੀ ਪਹਿਚਾਨ ਹੈ ਤੁਸੀਂ ਜਿੱਥੇ ਵੀ ਜਾਂਦੇ ਹੋ ਤੁਹਾਨੂੰ ਲੋਕ ਖਲੋ ਕੇ ਸਟੈਂਡਿੰਗ ਵਿਸ਼ੇ ਮਿਲਦੀ ਹੈ ਲੋਕੀ ਤਰਸੇ ਹੁੰਦੇ ਨੇ ਕਿ ਯਾਰ ਇੱਕ ਵਾਰੀ ਮਿਲ ਲੀਏ ਮੈਂ ਤੇ ਪੰਜਾਬ 'ਚ ਗਿਆ ਸ਼ਾਇਦ ਤੁਹਾਡਾ জানা ਹੋਇਆ ਕਿ ਨਹੀਂ ਆਇਆ ਛੜ ਦੇ ਪੰਜਾਬ 'ਚ ਉਹ ਲੋਕੀ ਇਸੇ ਤਰ੍ਹਾਂ ਹੀ ਪੁੱਛਦੇ ਨੇ ਜਿਵੇਂ ਕਿ ਅਸੀਂ ਕਿਸੇ ਨੂੰ ਸੁਲਮਾਨ ਖਾਨ ਬਾਰੇ ਪੁੱਛਦਿਆਂ ਨਾ ਤੁਹਾਡੇ ਬਾਰੇ ਵੀ ਇੰਝ ਹੀ ਲੋਕੀ ਗੱਲਬਾਤ ਕਰਦੇ ਨੇ ਤੁਸੀਂ ਠਾਕਰ ਸਾਹਿਬ ਨੂੰ ਮਿਲਦੇ ਹੋ ਠਾਕਰ ਸਾਹਿਬ ਤबीयत ਦੇ ਕੈਸੇ ਨੇ ਗੁੱਸੇ ਵਾਲੇ ਤਾਂ ਨਹੀਂ ਯਾਰ ਉਹ ਲੱਗਦਾ ਲੜਪੈਣਗੇ ਉਹ ਜਿਹ ਇਹ ਵਾਲਾ ਸਭ ਤੇ ਫੌਜੀ ਸਨ ਤੇ ਜਦੋਂ ਤੁਸੀਂ ਇਸ ਫੀਲਡ ਚ ਆਏ ਤੇ ਉਹਨਾਂ ਨੇ ਮੁਖਾਲਫਤ ਨਹੀਂ ਕੀਤੀ ਬੜੀ ਮੁਖਾਲਫਤ ਹੋਈ ਸਰ ਬੜੀ ਮੁਖਾਲਫਤ ਹੋਈ ਬਸ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਸਕਰੀਨ ਤੇ ਨਾ ਆਵਾਂ ਕਿ ਕੋਈ ਦੇਖ ਨਾ ਲਵੇ ਅੱਛਾ ਥੀਏਟਰ ਕਰਾ ਚੋਰੀ ਨਾ ਹਾਂ ਚੋਰੀ ਕਰਦਾ ਸਾਂ ਜੀ ਚੋਰੀ ਕਰਦਾ ਰਹਿੰਦਾ ਸਾਂ ਲੇਕਿਨ ਕਦੀ ਕਦੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਤੇ ਫਿਰ ਬੜੀ ਮੁਸੀਬਤ ਪੈਂਦੀ ਸੀ ਫਿਰ ਟੈਨਸ਼ਨ ਹੁੰਦੀ ਸੀ ਫਿਰ ਸਜ਼ਾ ਕੰਨ ਫੜ ਲਓ ਵਿੱਚ ਤਰਪੇ ਪਿੱਠੂ ਲਾ ਦਿਓ ਹਾਂ ਜੀ ਹਾਂ ਜੀ ਹਾਂ ਜੀ ਹੁੰਦਾ ਸੀ ਲੇਕਿਨ ਕੋਰਟ ਕੋਰਟ ਮਾਰਸ਼ਲ ਕਰਦੇ ਹੋ ਜੀ 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 ਤੁਹਾਡਾ ਕੋਰਟ ਮਾਰਸ਼ਲ ਹੋਇਆ ਬਾਈ ਨੇ ਕੀਤਾ ਬੜੀ ਵਾਰੀ ਹੋਇਆ ਜੀ ਅੱਛਾ ਜੀ ਹਾਂ ਬੜੀ ਵਾਰੀ ਪਿੱਠੂ ਲੱਗਿਆ ਸਰ ਅੱਛਾ ਜੀ ਹਾਂ ਜੀ ਕਰਦੇ ਵਿੱਚ ਕੰਨ ਬਹੁਤ ਫੜਾਉਂਦੇ ਸਨ ਅੱਛਾ ਤਾਂ ਹੀ ਵੱਡੇ ਹੋਏ ਨਹੀਂ ਕੰਨ ਤੇ ਫੜਾਣਾ ਚਲੋ ਮੈਂ ਪੜ ਲੈਂਦਾ ਸਾਂ ਉੱਤੇ ਕੋ ਮਲੇ ਦਾ ਬੱਚਾ ਜਿਹੜਾ ਬਿਠਾਉਂਦੇ ਸਨ ਅਸੀਂ ਦੱਸ ਯਾਰ ਉਹ ਰੋਲਾ ਹੁੰਦਾ ਸੀ ਕਿਉਂਕਿ ਉਹ ਬੇਇੱਜ਼ਤ ਬਹੁਤ ਕਰਦਾ ਅੱਛਾ ਤੁਸੀਂ ਪਵੇਂ ਮੀਆਂ ਚੰਨੂ ਦੀ ਹਰ ਸ਼ੈ ਭੁੱਲ ਜਿਓ ਤੁਸੀਂ ਉਹ ਬੱਚਾ ਨਹੀਂ ਭੁੱਲੇ ਹੋਗੇ ਜਿਹੜਾ ਉੱਤੇ ਬੈਠਦਾ ਸੀ ਹਾਂਜੀ ਹਾਂਜੀ ਉਹ ਮਲੇ ਜੀ ਬੇਇੱਜ਼ਤ ਬਹੁਤ ਕਰਦਾ ਉਹਨੂੰ ਤਾਂ ਸਮਝਾਉ ਉਹ ਅੱਜ ਵੀ ਗੱਲਾਂ ਕਰਦਾ ਕਹਿੰਦਾ ਜਿੰਨਾ ਮਰਜ਼ੀ ਕਹਿੰਦਾ ਠਾਕਰ ਬਣ ਜਾ ਮੈਂ ਉਹ ਉੱਤੇ ਬਹਿਣਾ ਹੁੰਦਾ ਸੀ ਅੱਜ ਕੱਲੋ ਬਚਾ ਦੁਕਾਨ ਤੇ ਬੈਠਾ ਦੇਖੋ ਨੇ ਜੋ ਟੜਤੇ ਬੈਦਾ ਸੀ ਠਾਕੁਰ ਸਾਹਿਬ ਮਾਸ਼ਾਅੱਲਾ ਤੇ ਫਿਰ ਤੁਸੀਂ ਸਟ੍ਰਗਲ ਦੇ ਦਿਨਾਂ ਵਿੱਚ ਜਦੋਂ ਉੱਥੇ ਗੇ ਉਹ ਪਿੰਡੀ ਤੇ ਫਿਰ ਉੱਥੇ ਤੁਸੀਂ ਜਾ ਕੇ ਕੋਈ ਆਪਣੀ ਦੁਕਾਨ ਬਣਾਈ ਟਾਇਰਾਂ ਦੀ ਜੀ ਟਾਇਰਾਂ ਦੀ ਮੈਂ ਦੁਕਾਨ ਬਣਾਈ ਸਰ ਉੱਥੇ ਮੈਂ ਟਾਇਰ ਦਾ ਕੰਮ ਸ਼ੁਰੂ ਕੀਤਾ ਜੌਬ ਵੀ ਮੈਂ ਕਈ ਜਗ੍ਹਾ ਤੇ ਕੀਤੀ ਸਰ ਮੈਂ ਬੜਾ ਕੰਮ ਕੀਤਾ ਮੈਂ ਇਲੈਕਟ੍ਰੀਸ਼ੀਅਨ ਦਾ ਵੀ ਕੰਮ ਕੀਤਾ ਮੈਂ ਡਰਾਈਵਰੀ ਵੀ ਕੀਤੀ ਕੰਡੈਕਟਰ ਵੀ ਕੀਤੀ ਪਾਲਿਸ਼ ਵਾਲੇ ਨਾਲ ਵੀ ਚਲੇ ਗਏ ਅਗਰ ਕਿਸ ਨੇ ਕਿਹਾ ਪੇਂਟ ਕਰਨਾ ਤੇ ਪੇਂਟ ਵਾਲੇ ਨਾਲ ਵੀ ਚਲੇ ਗਏ ਮਾਸ਼ਾਅੱਲਾ ਬੜੀ ਮਿਹਨਤ ਕੀਤੀ اس دوران نا جی ਸਾਡੇ ਇੱਕ ਦੋਸਤ ਅਸਲ ইমরানਾ ਸਾਹਿਬ ਹਾਂ ਅਸਲ ইমরানਾ ਸਾਹਿਬ ਆਪਣੇ ਪਿੰਡੀ ਵਾਲੇ ਜੀ ਸਰ ਹਾਂ ਅਸਲ ইমরানਾ ਸਾਹਿਬ ਜਿਹੜੇ ਨਾ ਜੀ ਕਰਾਚੀ ਤੋਂ ਡਰਾਮੇ ਵਿੱਚ ਕੰਮ ਕਰਦੇ ਸਨ اچھا ਜੀ ਉਹ ਟ੍ਰਾਂਸਫਰ ਹੋ ਕੇ ਆ ਗਏ اسلام آباد اسلام آباد ਮੇਰੇ ਨਾਲ ਜੁੜ ਗਏ ਤੇ ਉਹ ਉਹਨਾਂ ਦੇ ਦੋਸਤ ਹਨ ਜ਼ੈਦ ਜ਼ੁਲਫੀ ਸਾਹਿਬ ਉਹ ਡਾਇਰੈਕਟਰਸ ਹਨ ਪ੍ਰੋਡਿਊਸਰਸ ਹਨ ਰਾਈਟਰਸ ਹਨ ਸਹੀ ਉਹਨਾਂ ਨਾਲ ਮੁਲਾਕਾਤ ਹੋਈ ਤੇ ਉਹਨਾਂ ਨੇ ਕਿਹਾ ਯਾਰ ਇੱਕ ਡਰਾਮਾ ਹੈਗਾ ਪਿੰਡੂ ਇੰਟਰਵਲ ਹਾਂ ਉਹਦੇ ਵਿੱਚ ਇੱਕ ਕੈਰੈਕਟਰ ਹੈਗਾ ਤੇ ਤੁਹਾਡੇ ਤੇ ਬਹੁਤ ਸੂਟ ਕਰਦਾ ਮੈਂ ਕਿਹਾ ਸਰ ਦੇਖ ਲਓ ਮੈਂ ਕਦੇ ਕੀਤਾ ਤਾਂ ਨਹੀਂ ਉਹਨਾਂ ਨੇ ਕਿਹਾ ਤੁਸੀਂ ਕਰੋ ਪੂਰੇ ਕੌਨਫੀਡੈਂਸ ਨਾਲ ਤੁਸੀਂ ਬਿਲਕੁਲ ਬਿਹਤਰੀਨ ਕਰੋ ਉਹ ਪਹਿਲਾਂ ਮੈਂ ਥੀਏਟਰ ਡਰਾਮਾ ਕੀਤਾ ਸਰ ਪਿੰਡੋ ਇੰਟਰਵਿਊ ਪਿੰਡਿਚ ਜਿਪਿੰਡੀ ਸਰ ਅੱਛਾ ਜੀ ਆਪਾਰਾ ਕਮਿਊਨਿਟੀ ਸੈਂਟਰ ਇਹਨਾਂ ਤੁਹਾਡਾ ਡੈਬਿਊ ਪਿੰਡੀ ਚ ਹੈ ਜੀ ਸਰ ਲੱਕਤੋਲ ਚ ਨਹੀਂ ਸਰ ਆਪਾਰਾ ਕਮਿਊਨਿਟੀ ਸੈਂਟਰ ਅੱਛਾ ਕਮਿਊਨਿਟੀ ਸੈਂਟਰ ਜੋ ਹੈ ਜੀ ਸਰ ਜੀ ਆਪਾਰਾ ਜੀ ਸਰ ਅੱਛਾ ਜੀ ਉਸ ਤੋਂ ਬਾਅਦ ਜੀ ਇਕਬਾਲ ਅंसारी ਸਾਹਿਬ ਦਾ ਇੱਕ ਪ੍ਰੋਗਰਾਮ ਚੱਲਦਾ ਸੀ ਗੈਸਟ ਹਾਊਸ ਹਮਮ ਇਕਬਾਲ ਅंसारी ਸਾਹਿਬ ਤਕਰੀਬਨ ਮੇਰੇ ਹਮਸਾਇਆ ਸਨ ਬੁਸ਼ਰਾ ਅंसारी ਸਾਹਿਬ ਦੇ ਐਕਸ ਮੀਆਂ ਜੀ 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 ਅੱਛਾ ਆਸਫ ਸਿਮਾਬ ਸਾਹਿਬ ਨਾਲ ਦੇ ਜੀ ਉਹਨਾਂ ਦਾ ਕੋਈ ਆਇਆ ਸੀ ਉਠਣਾ ਬੈਠਣਾ ਉਹ ਜਦੋਂ ਇੱਕ ਕੈਰੈਕਟਰ ਆਇਆ ਜੀ ਮਸਤਨਸਰ ਹੁਸੈਨ ਤਾਰੀ ਤਾਰੜ ਸਾਹਿਬ ਦਾ ਸਕ੍ਰਿਪਟ ਆਇਆ ਉਹਦੇ ਵਿੱਚ ਇੱਕ ਕੈਰੈਕਟਰ ਆਇਆ ਟੂਟੀ ਪਹਿਲਵਾਨ ਆ ਬੜਾ ਹਿੱਟ ਹੈ ਉਹ ਜਦੋਂ ਕਾਸਟਿੰਗ ਹੋ ਰਹੀ ਸੀ ਨਾ ਜਿੱਤੇ ਉਹਦੇ ਵਿੱਚ ਸੀ ਆਸਿਫ ਸਿਮਾਰ ਪਰ ਨਾਲ ਕਿਤੇ ਜ਼ਿਕਰ ਮੇਰਾ ਕੀਤਾ ਉਹਨਾਂ ਨੇ ਕਿਹਾ ਜੀ ਇਹਦੇ ਵਾਸਤੇ ਉਹ ਬੰਦਾ ਬੜਾ ਫਿੱਟ ਹੈ ਵਾਹ ਉਹ ਮੇਰਾ ਪਹਿਲਾ ਟੀਵੀ ਡਰਾਮਾ ਸੀ ਹਮਮ ਟੈਲੀਵਿਜ਼ਨ ਦਾ ਉਹ ਪਹਿਲਾ ਡਰਾਮਾ ਸੀ ਜੀ ਗੈਸਟ ਆਫ ਟੂਟੀ ਪਹਿਲਵਾਨ ਰੈਂਬੋ ਭਾਈ ਦੇ ਨਾਲ ਜੀ ਬਿਲਕੁਲ ਰੈਂਬੋ ਸਾਹਿਬ ਨਾਲ ਦੋਸਤੀ ਸੀ ਉਸ ਦੌਰਾਨ ওয়ਸੀਮ ਅਬਾਸ ਸਾਹਿਬ ਇੱਕ ਡਰਾਮਾ ਲੈ ਕੇ ਆਏ ਲੈਕਤ ਮੈਮੋਰੀਅਲ ਹਾਲ ਉਮਰ ਸ਼ਰੀਫ ਸਾਹਿਬ ਮੁਹੰਮਦ ਜ਼ੁਬੈਰ ਜੱਬੀ ਸਾਹਿਬ ਬਿਲਕੁਲ ਸਹੀ ਤੇ ওয়ਸੀਮ ਅਬਾਸ ਸਾਹਿਬ ਅਸ਼ਰਫ ਰਾਏ ਸਾਹਿਬ ਇਹ ਸਾਰੇ ਲੋਕ ਜਦੋਂ ਆਏ ਲਿਆਕਤ ਮੈਮਰੀ ਹਾਲ ਦੇ ਵਿੱਚ ਮੈਂ ਡਰਾਮਾ ਕਰ ਰਿਹਾ ਸਾਂ ਮੇਰਾ ਲਾਸਟ ਸ਼ੋ ਸੀ ਠੀਕ ਅਗਲੇ ਦਿਨ ਇਹਨਾਂ ਦਾ ਡਰਾਮਾ ਸ਼ੁਰੂ ਹੋਣਾ ਸੀ ਇਨਸੇ ਮਿਲੀਏ ਇਹਨਾਂ ਨੇ ਮੇਰਾ ਡਰਾਮਾ ਦੇਖਿਆ ਦੇਖਣ ਤੋਂ ਬਾਅਦ ਉਹਨਾਂ ਨੇ ਕਿਹਾ ਇੱਕ ਰੋਲ ਹੈਗਾ ਕਰਨਾ ਤੂੰ ਵਸੀਮ ਬਾਸ ਅੱਛਾ ਜੀ ਉਤੋਂ ਮੇਰੀ ਨਾ ਵਸੀਮ ਬਾਸ ਸਾਹਿਬ ਨਾਲ ਦੋਸਤੀ ਹੋ ਗਈ ਜ਼ਬੇਰ ਸਾਹਿਬ ਨਾਲ ਦੋਸਤੀ ਹੋ ਗਈ ਉਮਰ ਸ਼ਰੀਫ ਸਾਹਿਬ ਨਾਲ ਦੋਸਤੀ ਹੋ ਗਈ ਉਸ ਦੌਰਾਨ ਜ਼ਬੇਰ ਸਾਹਿਬ ਨੇ ਮੈਨੂੰ ਬੁਲਾਇਆ ਉਹਨੇ ਕਿਹਾ ਯਾਰ ਤਮਾਸੀਲ ਸੇ ਇੱਕ ਡਰਾਮਾ ਹੈਗਾ ਦੁਲਾ ਹਾਫ ਪਲੇਟ ਅੱਛਾ ਜੀ ਉਹ ਤੂੰ ਕਰਨਾ ਮੈਂ ਇੱਥੇ ਆਇਆ ਜਦੋਂ ਲਾਹੌਰ ਦੇ ਵਿੱਚ ਉਹ ਦੁਲਾਹ ਪਲੇਟ ਕਰਨ ਵਾਸਤੇ ਤੇ ਉਹਨਾਂ ਨੂੰ ਪਤਾ ਲੱਗਾ ਕਿ ਡੇਟ ਆ ਗਿਆ ਹੋ ਗਿਆ ਬਹੁਤ ਅੱਛਾ ਮੈਂ ਵੀ ਫਿਰਨ ਵਾਸਤੇ ਚਲਾ ਗਿਆ ਆਪਣਾ ਨਹੀ ਸਰ ਕਲਚਰਲ ਕੰਪਲੈਕਸ ਅੱਛਾ ਉੱਥੇ ਨਾਲ انا ਜੀ ਮਿਰਜ਼ਾ ਰਸ਼ੀਦ ਅਖਤਰ ਸਾਹਿਬ ਨਾਲ ਮੁਲਾਕਾਤ ਅੱਲਾ ਜੱਲ ਸੇ ਬਹੁਤ ਹੀ ਖੂਬਸੂਰਤ ਹੈ ਡਾਇਰੈਕਟਰ ਬਹੁਤ ਅੱਛੇ ਇਨਸਾਨ ਬਹੁਤ ਬੜੇ ਇਨਸਾਨ ਉਹਨਾਂ ਨੇ ਕਿਹਾ ਯਾਰ ਅਗਰ 10-15 ਦਿਨ ਲੇਟ ਹੈਗਾ ਤੇ ਤੂੰ ਪਹਿਲੇ ਸਾਡਾ ਪ੍ਰੋਗਰਾਮ ਕਰ ਡਰਾਮਾ ਕਰ ਜਣਾ ਬਿਲਕੁਲ ਹੈ ਨਾ ਕੱਲ ਰੇਲਸਾ ਪੰਜ ਦਿਨ ਰਾਜ ਨਾ ਰੇਲਸਾ ਲੋਇ ਤੇੰਨ ਦਿਨ ਬਾਅਦ ਡਰਾਮਾ ਲੱਗ ਗਿਆ ਉਧਰ ਡਰਾਮਾ ਸ਼ੁਰੂ ਹੋਇਆ ਤੇ ਇੱਕ ਹਫ਼ਤੇ ਬਾਅਦ ਇਹ ਵੀ ਸ਼ੁਰੂ ਹੋ ਗਿਆ ਵਾਹ ਅੱਛਾ ਜੀ ਹੁਣ ਸਵੈਰ ਸਾਹਿਬ ਨੂੰ ਉਹਨੇ ਦੱਸਿਆ ਵਸੀਮ ਬਾਦ ਸਾਹਿਬ ਨੂੰ ਮੈਂ ਦੱਸਿਆ ਮੈਂ ਕਿ ਸਰ ਉਹ ਡਰਾਮਾ ਕਮਿਟਮੈਂਟ ਹੈਗੀ ਉਹਨੇ ਕਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਤੁਸੀਂ ਇੰਟਰਵਲ ਤੋਂ ਪਹਿਲੇ ਉਧਰ ਕਰਨਾ ਇੰਟਰਵਲ ਤੋਂ ਬਾਅਦ ਇਧਰ ਕਰਨਾ ਯਾਨੀ ਕਿ ਮਾਸ਼ੱਲਾ ਪਹਿਲੇ ਦੇ ਨਹੀਂ ਮੈਨੇ ਇਹ ਲਾਹੌਰ ਆਂਦੇ ਤੁਸੀਂ ਬਿਜ਼ੀ ਹੋ ਗਏ ਲਾਹੌਰਾਂ ਦੇ ਤੁਸੀਂ ਇੱਕ ਦਿਨ ਚ ਦੋ ਡਰਾਮੇ ਕੀਤੇ ਕਲਚਰ ਕੰਪਲੈਕਸ ਵੀ ਔਰ ਤਮਾਸੀਲ ਵੀ ਇਸ ਸਮਾਸੀਲ ਦੇ ਡਰਾਮੇ ਚ ਨਾ ਜੀ ਆਬਦ ਖਾਨ ਸਾਹਿਬ ਨਾਲ ਮੇਰੀ ਐਂਟਰੀ ਹੁੰਦੀ ਅਬ आबद खान साहब की शख्सियत अगर मैं गुफ्तू करना शुरू कराँ तो छः घंटे लगकुल सही ही आबत खान साहब ने मेरे करैक्टर न जी इन्नी हाइप देख चुक लिया ना सर कि भी लगे इंटरवल तो बाद अगर एंट्री नहीं होगी तो ड्रामा नहीं हो सकता उस तो बाद जी मैं कुछ अरसे वास्ते वापस पिंडी चला गया क्योंकि सरवत अतीक साहबाद ना जी एक फैसटिवल ड्रामा हो गया उधर लियाकत मेमोरीयल हॉल मैं गया तो फिर मैं चार पं महीने ना आया ਉਮਰ ਸ਼ਰੀਫ ਸਾਬ ਮੇਰੇ ਮਨ ਜੇ ਇਤਨਾ ਅੱਛਾ ਚਾਂਸ ਮਿਲਦੇ باوجود ਵੀ ਲਾਹੌਰ ਚ ਕਿ ਕਿੰਨੇ ਲੋਗਾਂ ਨਾਲ ਜੇ ਬੰਦਾ ਖੁਆਇਸ਼ ਹੁੰਦੀ ਕਿ ਯਾਰ ਮੈਂ ਐਸੇ ਚਲਾ ਜਾਮ ਉਥੋਂ ਆਗੇ ਤੂੰ ਫਿਰ ਵਾਪਸ ਗਏ ਤੇ ਫਿਰ ਤੁਹਾਡਾ ਦਿਲ ਨਹੀਂ ਕਰਿਆ ਧਿਆਨ ਲਈ yes ਜਦ ਕਿ ਉਸ ਡਰਾਮੇ ਚ ਰੰਗੀਲਾ ਸਾਹਿਬ ਵੀ ਸਨ ਬੜੀ ਕਾਸਟ ਹੈ ਵੀ ਤੇ ਮੈਨੂੰ ਇਹਨਾਂ ਨਾਲ ਜੀ ਉਮਰ ਸ਼ਰੀਫ ਸਾਬ ਜਾ ਕੇ ਤੇ ਉਥੋਂ ਗੱਡੀ ਚ ਬਿਠਾ ਕੇ ਤੇ ਲੈ ਆਏ ਉਹਨਾਂ ਨੇ ਆਕੇ ਲਾਹੌਰ تھیਟਰ ਦੇ ਵਿੱਚ ਡਰਾਮਾ ਸੀ ਕੀਤਾ ਇਹ ਨਿਕਾਣਾ ਹੋਵੇ अच्छा जी मुंडे गली दे गुंडे दो दे ड्रामा गीत महफिलै सुहेल अहमद साहब ਦਾ ਡਰਾਮਾ ਸ਼ੁਰੂ ਹੋਇਆ ਜ्यों ਸ਼ੁਰੂ ਹੋਇਆ ਮਹਿਫਲ ਦੇ ਵਿੱਚ ਜ्यों ਸ਼ੁਰੂ ਹੋਇਆ ਸਾਹਿਬ ਜੀ ਇਹ ਤਾਂ ਇੱਕ ਬੜੀ ਲੰਮੀ ਫਰਿਸ਼ਤੇ ਮਾਸ਼ਾਅੱਲਾ ਤੁਸੀਂ ਆਏ ਮਿਹਨਤ ਵੀ ਕੀਤੀ ਤੁਸੀਂ ਜਿਸ ਤਰ੍ਹਾਂ ਕਿ ਦੱਸਿਆ اچھا ਫਿਰ ਤੁਹਾਨੂੰ ਉਸ ਦੌਰ ਚ ਲੋਕੀ ਲੱਖਾਂ ਰੁਪਇਆ ਦੇ ਕੇ ਇਹ ਕੋਸ਼ਿਸ਼ ਹੁੰਦੀ ਸੀਗੀ ਯਾਰ ਕਿਸੇ ਤਰੀਕੇ ਨਾਲ ਲੰਡਨ ਜਾਂ ਅਮਰੀਕਾ ਹਾਂ ਜੀ ਸਾਨੂੰ ਪਛਾ ਦੇਓ ਕਈ ਬੰਦੇ ਮੈਂ ਵੇਖੇ ਨੇ ਕਿ ਫਨਕਾਰ ਬਣ ਕੇ ਵੀ ਸੁਨਿਆਰਿਆਂ ਦੇ ਮੁੰਡੇ ਨੇ ਚੈਨਾ ਵੀ ਸੋਨੇ ਦੀ ਗੱਲ ਚ ਪਾਈਆਂ ਨੇ ਥੱਲੇ ਚਿੱਟੇ ਬੂੜ ਪਾਏ ਨੇ ਬਿਸਕੁਟ ਵੀ ਪਾਈਏ ਮਿਊਜ਼ੀਸ਼ੀਅਨ ਬਣੇ ਨੇ ਮਿਊਜ਼ੀਸ਼ੀਅਨ ਬਣ ਕੇ ਉਹ ਅਮਰੀਕਾ ਜਾਣਾ ਚਾਹੁੰਦੇ ਸਨ ਔਰ ਐਨੇ ਨੇ ਪੈਸੇ ਦੇ ਕੇ ਤੇ ਅੱਲਾ ਨੇ ਤੁਹਾਡੇ ਤੇ ਕਰਮ ਕੀਤਾ ਕਿ ਤੁਸੀਂ ਫਸਟ ਟਾਈਮ ਤੁਸੀਂ ਡਰਾਮਾ ਕਰਨ ਹੀ ਅਮਰੀਕਾ ਟੁਰ ਗਏ ਜੀ ਸਰ ਔਰ ਤਨੂੰ ਉਥੇ ਅਮਰੀਕਾ ਤੁਸੀ ਰੁਕ ਵੀ ਗਏ ਜੀ ਸਰ ਇਹ ਕਿਸ ਤਰ੍ਹਾਂ ਅੱਛਾ ਤੁਹਾਨੂੰ ਚਾਂਸ ਮਿਲੇ ਅਮਰੀਕਾ ਵਿੱਚ ਰਹਿਣ ਦਾ ਤੁਹਾਨੂੰ ਵੀ ਜਿਵੇਂ ਕਿ ਬੱਬੂ ਬਰਾਲ ਸਾਹਿਬ ਵੀ ਕੁਸ਼ਰਸਾ ਰਹੇਗੇ ਸਨ ਔਰ ਤੁਸੀਂ ਵੀ ਕਾਫੀ ਅਰਸਾ ਰਹੇ ਏ ਗੁੱਲਕ ਤੁਹਾਡੀ ਇਹ ਰਹੀ ਕਿ ਤੁਸੀਂ ਇੱਕ ਡਰਾਮਾ ਇੱਥੇ ਕਰਕੇ ਗਏ ਸੀ ਜਿਸ ਵਿੱਚ ਤੁਸੀਂ ਪੁਲਿਸ ਵਾਲਾ ਦਾ ਰੋਲ ਕੀਤਾ ਸੀ ਹਾਂਜੀ ਹਾਂਜੀ ਕੁਛ ਨਾ ਕਹੋ ਬੱਬੂ ਬਰਾਲ ਸਾਹਿਬ ਦਾ ਬੱਬੂ ਸਾਹਿਬ ਦਾ ਡਰਾਮਾ ਹੈ ਉਹਦੇ ਤੁਹਾਡੀ ਕੋਈ ਕੰਟੀਨਿਊਟੀ ਧਿਆਨ ਕੀ ਉਹ ਧਿਆਨ ਕਰਦਿਆ ਹੱਥ ਥੱਲੇ ਥੱਲੇ ਹੈ ਇੱਥੇ ਥੱਲੇ ਇੱਥੇ ਥੱਲੇ ਹੱਥ ਥੱਲੇ ਹੱਥ ਥੱਲੇ ਹੈ ਜੀ ਉਹ ਡਰਾਮਾ ਤੁਹਾਡਾ ਪਿੱਛੋਂ ਕੱਢੂ ਚੱਲਦਾ ਰਿਹਾ ਜਿੰਨੇ ਸਾਲ ਤੁਸੀਂ ਉੱਥੇ ਰਹੇ ਉਹ ਡਰਾਮਾ ਪਾਕਿਸਤਾਨ 'ਚ ਉਸੇ ਜ਼ੋਰ ਨਾਲ ਉਸੇ ਪਾਵਰ ਨਾਲ ਲੋਕ ਦੇਖਦੇ ਰਹੇ ਨੇ ਮੇਰੇ ਖਿਆਲ ਉਹ ਗੈਪ ਜਿਹੜਾ ਸੀ ਬੈਸਮਝਦਾ ਮੈਂ ਕਿ ਉਹ ਕਿਸੇ ਨੂੰ ਹੀ ਮਹਿਸੂਸ ਨਹੀਂ ਹੋਇਆ ਕਿ ਤੁਸੀਂ ਪਾਕਿਸਤਾਨੋਂ ਚਲੇ ਗਏ ਹੋ ਇੱਕ ਡਰਾਮਾ ਸੀ ਕਿਉਂ ਨਹੀਂ ਅਮਰੀਕਾ ਰੁਕੇ ਵਜ੍ਹਾ ਕੀ ਸਹਿਲਮਨ ਸਾਹਿਬ ਦਾ ਇੱਕ ਡਰਾਮਾ ਸੀ ਡਬਲ ਸਵਾਰੀ ਸਹਿਲਮਨ ਸਾਹਿਬ ਦਾ ਲਿਖਿਆ ਸੀ ਉਹ ਤਕਰੀਬਨ 1 ਸਾਲ ਮਹਿਫਲੇ ਚ ਲੱਗਾ ਮਹਿਫਲ ਚ ਲੱਗਾ ਰਿਹਾ ਉਹਨੇ ਮੈਨੂੰ ਜ਼ਿੰਦਾ ਜ਼ਿਆਦਾ ਰੱਖਿਆ ਜੀ ਦੁਬਾਰਾ ਜਦੋਂ ਮੈਂ ਆਇਆ ਤੇ ਫਿਰ ਉਹ ਡਰਾਮਾ ਲੱਗਾ ਨਾ ਜੀ ਬਬੂ ਬਰਾਲ ਸਾਹਿਬ ਦਾ ਕੁਝ ਨਾ ਕਹੋ ਤੇ ਉਹ ਉਸ ਤੋਂ ਪਹਿਲੇ ਕਦੀ ਰਿਕਾਰਡ ਨਹੀਂ ਸੀ ਹੋਇਆ ਉਹ ਮੈਂ ਆਇਆ ਤੇ ਰਿਕਾਰਡ ਹੋ ਗਿਆ ਬਿਲਕੁਲ ਸਹੀ ਉਹਨੇ ਫਿਰ ਮੈਨੂੰ ਜੋੜ ਦਿੱਤਾ ਆ ਮਾਸ਼ਾਅੱਲੋ ਡਰਮੇ ਚੱਲਦੇ ਰਹੇ ਯਸ ਸਰ ਯਸ ਸਰ ਵਾ ਵਾ ਉਸ ਤੋਂ ਬਾਅਦ ਰੱਬਾ ਇਸ਼ਕ ਨਾ ਹੋਵੇ ਲੱਗਾ ਅੱਛਾ ਅੱਜ ਇੱਕ ਗੱਲ ਦੀ ਹੋਰ ਤੁਸੀਂ ਵੰਡ ਕਰਦੇ ਹੋ ਤੁਸੀਂ ਕੀ ਕਹਿੰਦੇ ਝੂਠ ਬੋਲਦਾ ਹੈ ਜਾਂ ਝੂਠ ਮਾਰਦਾ ਹੈ ਝੂਠ ਮਾਰਦਾ ਹੈ ਝੂਠ ਮਾਰਦਾ ਉਹ ਟੈਡੀ ਸਬ ਮੈਂ ਜੁਗਤ ਕਰਦੇ ਸੰ ਤਾਂ ਮੈਂ ਕਹਿੰਦਾ ਝੂਠ ਮਾਰਦਾ ਮੈਂ ਇਹਨੂੰ ਜਾਣਦਾ ਹੀ ਨਹੀਂ ਅੱਛਾ ਅਕਸਰ ਲੋਕ ਜਿਹੜੇ ਵੀ ਤੁਹਾਡੇ ਚੈਨਲ ਨੇ ਉਹ ਇਹ ਕਹਿੰਦੇ ਝੂਠ ਬੋਲਦਾ ਜੀ ਜੀ ਤੁਸੀਂ ਕਹਿੰਦੇ ਝੂਠ ਮਾਰਦਾ ਮਾਰਦਾ ਐ ਵੀ ਨਾਜ਼ਰੀਨ ਦਰਸ ਕਰ ਲੋ ਇਹਨਾਂ ਨੇ ਜੋ ਫਰਮਾਇਆ ਉਸ ਤਰ੍ਹਾਂ ਉਹ ਝੂਠ ਮਾਰਦਾ ਹੈ ਝੂਠ ਬੋਲਦਾ ਨਹੀਂ ਅੱਛਾ ਜੀ ਠਾਕਰ ਸਾਹਿਬ ਮਾਸ਼ਾਅੱਲਾਹ ਅੱਲਾ ਨੇ ਬੜੀ ਕਾਮਯਾਬੀ ਦੀ ਫਰਿਸ਼ਤਾ ਦੀ ਬਣਾਈ ਏ ਫਿਰ ਕਿਉਂਕਿ ਤੁਸੀਂ ਬੜਾ ਹੀ ਮੁਹੱਬਤ ਕੀਤੀ ਸੀ ਕਿਉਂਕਿ ਤਾਰੀਫ ਹੁੰਦੀ ਹੈ ਜਿਹੜੀ ਨਾ ਕਿਸੇ ਇਨਸਾਨ ਦੀ ਕੰਡ ਪਿੱਛੇ ਹੋਵੇ ਲੋਕਾਂ ਨੇ ਵੀ ਬਹੁਤ ਮੁਹੱਬਤ ਦਿੱਤੀ ਸੀ ਤੁਸੀਂ ਵੀ ਕੀਤੀ ਲੋਕਾਂ ਨੇ ਵੀ ਕੀਤੀ ਕਈ ਅਜਿਹੇ ਲੋਕ ਨੇ ਜਿਹੜੇ ਸਫੈਦ ਪੋਸ਼ ਨੇ ਠੀਕ ਹੈ ਜੀ ਉਹ ਫਿਰ ਜਦੋਂ ਬੰਦਾ ਬਾਜ਼ਮੀਰ ਹੋਣਾ ਚਾਹੀਦਾ ਹੈ ਉਸ ਬਸ ਵੀਰ ਲੋਕ ਕੁਛ ਫਿਰ ਜਦੋਂ ਤੁਹਾਡੇ ਬਾਰੇ ਚ ਦੱਸਦੇ ਨੇ ਕਿ ਯਾਰ ਕੀਤਾ ਹੈ ਸਭ ਨੇ ਉਹ ਅੱਲਾ ਤੁਹਾਨੂੰ ਤਫੀਕ ਦੇਵੇ ਉਹ ਵੀ ਤੁਹਾਡਾ ਤੇ ਅੱਲਾ ਦਾ ਮਾਮਲਾ ਹੈ ਕਿ ਤੁਸੀਂ ਕਈ ਲੋਕਾਂ ਨਾਲ ਮੁਹੱਬਤ ਕਈ ਘਰਾਂ ਨਾਲ ਕਈ ਬੱਚਿਆਂ ਨਾਲ ਅੱਲਾ ਆਪ ਕਰ ਦੇਵੇ ਉਸ ਕਿਸੇ ਦਾ ਨਾਮ ਲਾਣਾ ਚਲ ਸੀਮੀਆਂ ਦੇ ਬੱਚਿਆਂ ਲਈ ਵੀ ਕੰਮ ਕਰ ਰਹੇ ਹੋ ਜੀ ਸਰ ਜੀ ਸਰ ਹਾਂਜੀ ਉਹ ਖੂਨ ਇਕੱਠਾ ਕਰਦੇ ਹੋ ਤੁਸੀਂ ਜੀ ਬਲੱਡ ਕੈਂਪ ਲਾਣਾਂ ਹੈ ਜੀ ਬੱਚਿਆਂ ਵਾਸਤੇ ਸਾਡੇ ਮੇਰੇ ਬੱਚੇ ਨੇ ਸਰ ਹਾਂ ਉਹਨਾਂ ਵਾਸਤੇ ਅਸੀਂ ਬਲੱਡ ਕੈਂਪ ਲਾਣੇ ਆ ਸਰ ਅੱਜ ਕੱਲ ਅਸੀਂ ਬੈਰੀਅਟਾਨ ਵਿੱਚ ਕਿ ਬਲੱਡ ਕੈਂਪ ਲਾ ਰਹੇ ਆ ਸਰ ਗੁਜਰਾਤ ਵਾਸਤੇ ਅੱਛਾ ਜੀ ਗੁਜਰਾਤ ਦੇ ਵਿੱਚ ਮਮਦ ਅਲੀ ਸਾਹਿਬ ਕਰਦੇ ਨੇ ਜਿਹੜੇ থੈਲਸੀਮੀਆ ਦੇ ਬੱਚਿਆਂ ਦੇ ਨਾਲ ਕੰਮ ਜਦੋਂ ਫਿਰ ਉਹਨਾਂ ਨੂੰ ਬਲੱਡ ਦੀ ਜ਼ਰੂਰਤ ਹੁੰਦੀ ਹੈ ਨਾ ਸਰ ਫਿਰ ਕਾਲ ਦੇ ਦਿੰਦੇ ਨੇ ਔਰ ਖਾਸ ਤੌਰ ਤੇ ਮੈਂ ਦਾਅਵਤ-ਏ-ਇਸਲਾਮੀ ਅੰਦਰ ਮਸ਼ਕੂਰ ਹਾਂ ਸਰ ਦਾਅਵਤ-ਏ-ਇਸਲਾਮੀ ਦਾ ਜਮਾਤ-ਏ-ਇਸਲਾਮੀ ਨਾਲ ਕੋਈ ਤਾਲੁਕ ਨਹੀਂ ਬਿਲਕੁਲ ਕੋਈ ਮਜ਼ਬੀ ਜਮਾਤ ਹੈ ਉਹ ਇੱਕ ਸਿਆਸੀ ਜਮਾਤ ਹੈ ਸਹੀ ਦਾਅਵਤ-ਏ-ਇਸਲਾਮੀ ਆਲੇ ਇਸ ਕੰਮ ਦੇ ਵਿੱਚ ਬਹੁਤ ਹੱਥ ਵਟਾਉਂਦੇ ਨੇ ਸੇ ਉਹ ਹਜ਼ਾਰਾਂ ਦੀ ਤਦਾਦ ਨਾਲ ਬਲੱਡ ਬੈਗ ਪੇਜ ਦਿੰਦੇ ਨੇ ਸਰ ਇਹਨਾਂ ਬੱਚਿਆਂ ਵਾਸਤੇ ਸਹੀ ਤੇ ਮੈਂ ਬਹੁਤ ਮਸ਼ਕੂਰ ਹਾਂ ਸਰ ਉਹਨਾਂ ਦਾ ਤੇ ਇਸ ਤਰ੍ਹਾਂ खिदमत करते हैं सर मैं बड़े वलिया की कहानी पढ़ी है सर मैं नहीं देखा कोई वली इबादत वली होया सारे हो सारे खिदमत हुए हैं मेरा ख्याल असल चीज़ से तो खिदमत है अल्लाह रबे करीम ने इंसान इंसान वास्ते पैदा किया ना इबादत फरिश्ते शेर तो सुने फरिशते बहुत सर अल्लाह हाँ इंसान हो जरा इंसान के काम आ जाए और सब तो वाला क्रैडिट है ਦੁਨੀਆਂ ਚ ਵੀ ਔਰ ਆਖਰਤ ਚ ਅੱਛਾ ਨੇ ਕਦੀ ਕੋਈ ਐਸਾ ਤੁਹਾਨੂੰ ਫੈਨ ਟਕਰਿਆ ਹੋਵੇ ਉਹਨਾਂ ਨੇ ਕੀ ਹੋਵੇ ਕਿ ਜੀ ਤੁਸੀਂ ਮਾਸ਼ਾਅੱਲਾ ਅਲਹਾਜ ਹੋ ਗਏ ਹੋ ਹਮ ਅਲਹਾਜ ਹੋ ਚੁੱਕੇ ਹੋ ਜੀ ਸਰ ਕਿ ਹਾਇਸਬੂੜੇ ਕੰਮ ਛੱਡ ਦਿਓ ਤਨ ਨਹੀਂ ਕਰਨਾ ਚਾਹੀਦਾ ਕੋਈ ਐਸਾ ਐਸੀ ਵੀ ਕੋਈ ਦੁਨੀਆ ਮਿਲੀ ਹੈ ਅੱਛਾ ਸਰ ਮੇਰੇ ਨਾਲ ਉਲਟਾ ਹੋਇਆ ਮੈਨਜ਼ਰ ਕੋਈ ਬੰਦਾ ਅਗਰ ਦੋਸਤ ਮਿਲੇ ਨਾ ਜਿੱਤੇ ਉਹਨੇ ਇਹ ਸਾਰੀ ਗੱਲ ਕਰਨ ਤੋਂ ਬਾਅਦ ਉਹਨੇ ਮੈਨੂੰ ਕਿਹਾ ਅੱਲਾਹ ਦਾ ਵਾਸਤਾ ਜੀ ਇਹ ਕੰਮ ਨਾ ਛੱਡਿਓ ਅਸੀਂ ਹਸਣ ਤੋਂ ਰਹਿ ਜਾ ਵਾਹ ਅੱਛਾ ਠੀਕ ਹਾਂ ਠੀਕ ਹੈ ਕੰਮ ਵੀ ਕਰੋ ਦੇਖੋ ਸਰ ਸ਼ੋਭਾ ਕੋਈ ਬੁਰਾ ਨਹੀਂ ਹੁੰਦਾ ਇਨਸਾਨ ਅੱਛਾ ਹੈ ਜਾਂ ਬੁਰਾ ਹੁੰਦਾ ਬਿਲਕੁਲ ਸਹੀ ਸ਼ੋਭਾ ਅੱਛਾ ਹੈ ਜਾਂ ਬੁਰਾ ਨਹੀਂ ਹੁੰਦਾ ਬਿਲਕੁਲ ਸਹੀ ਇਨਸਾਨ ਅੱਛਾ ਹੈ ਜਾਂ ਬੁਰਾ ਹੁੰਦਾ ਬਿਲਕੁਲ ਇਨਸਾਨ ਅੱਛਾ ਹੈ ਤੇ ਉਹ ਸ਼ੋਭਾ ਅੱਛਾ ਵਰਨਾ ਕਿੰਨੇ ਸ਼ੋਭੇ ਕਿਨੇ ਖਾਸ ਤੌਰ ਤੇ ਮੈਂ ਤੇ ਲੋਕਾਂ ਦੇ ਕੋਲ ਸੁਣਨ ਉਹ ਜੀ ਪੁਲਿਸ ਵਾਲਾ ਸ਼ੋਭਾ ਅੱਛਾ ਨਹੀਂ ਉਹ ਪੁਲਿਸ ਅੱਛੀ ਨਹੀਂ ਪਰਦਾ ਓਏ ਪੁਲਿਸ ਨੇ ਅੱਛੀ ਈਮਾਨ ਨਾਲ ਮੈਂ ਜਿੱਥੇ ਵੀ ਪੁਲਿਸ ਵਾਲਾ ਦੇਖਿਆ ਨਾ ਸਰ ਉਹਨੇ ਦੂਸਰੇ ਬੰਦੇ ਦੀ ਹੈਲਪ ਕੀਤੀ ਨਾ ਕਿ ਤੇ ਖਲੋਤੇ ਹੁਣ ਤਾਂ ਤੁਹਾਡੀ ਉਹ ਜਾਗਦੇ ਰਹੇ ਤੇ ਅਸੀਂ ਸੌਂਨੇ

ਮਾਸ਼ਾਅੱਲਾ ਬੜੀਆਂ ਕਾਮਯਾਬੀਆਂ ਜੀ ਬੜੀ ਅੱਲਾ ਨੇ ਤਰੱਕੀ ਦਿੱਤੀ ਤੁਹਾਨੂੰ ਵਰਕਸ਼ਾਪ ਵੀ ਤੁਸੀਂ ਬਣਾਈ ਸੀ ਸੁਣਿਆ ਗੱਡੀਆਂ ਦੀ ਬਿਲਕੁਲ ਹੈ ਸਰ ਜੀਐਲ ਰੋਡ ਤੇ ਵਰਕਸ਼ਾਪ ਹੈ ਸਰ ਅੱਛਾ ਹਾਂਜੀ ਇਹ ਜਿਹੜਾ ਮਹਿਕਮਾ ਮੌਸਮੀਅਤ ਦਾ ਦਫਤਰ ਹੈ ਨਾ ਸਰ ਜੀਐਲ ਰੋਡ ਤੇ ਉਹਦੇ ਸਾਹਮਣੇ ਵਾਲੀ ਗਲੀ ਦੇ ਵਿੱਚ ਨਾ ਜੀ ਬਿਲਕੁਲ ਐਂਡ ਤੇ ਜਾ ਕੇ ਤੇ ਲੈਫਟ ਤੇ ਹੈਗੀ ਮੇਰੇ ਫੁੱਫੀ ਦੇ ਬੇਟੇ ਨੇ ਇਜਾਜ਼ ਸਰ ਹਾਂ ਭਾਈ ਇਜਾਜ਼ ਉੱਥੇ ਬੈਠਦੇ ਨੇ ਅੱਛਾ ਜੀ ਉਹ ਫਿਰ ਕੰਮ ਥੋੜਾ ਜਿਹਾ ਮੈਨੂੰ ਵੀ ਆਉਂਦਾ ਤੁਸੀਂ ਸੁਣਿਆ ਜਦੋਂ ਕੋਈ ਨਹੀਂ ਕੋ ਪੇਚ ਕਸ ਖੁੱਲ ਜੀ ਮੈਂ ਪੇਚ ਨਹੀਂ ਖੁੱਲਦਾ ਫਿਰ ਤੁਸੀਂ ਜਾ ਕੇ ਖੋਲ ਦਿਓ ਅੰਦਰ ਔਖੀ ਜਗ੍ਹਾ ਤੋਂ ਕਿਦਰੇ ਗੁੱਦਾਰ ਕੋ ਪਰਜ਼ਾ ਨਹੀਂ ਲੱਗ ਰਿਹਾ ਫਿਰ ਕੋ ਉਥੇ ਹਜ਼ਾਰ ਨਹੀਂ ਲੱਗ ਰਿਹਾ ਉਥੇ ਕੋ ਨਹੀਂ ਪਾਨਾ ਨਹੀਂ ਪੈ ਰਿਹਾ ਪੇਸ਼ਕਸ਼ ਨਹੀਂ ਜਾ ਰਿਹਾ ਤੁਸੀਂ ਉਥੇ ਤੋੜ ਪਹੁੰਚ ਕੇ ਉਹਨੂੰ ਕਸ ਕੁਸ ਕੇ ਬਾਹਰ ਆਏ ਨਹੀਂ ਉਸਤਾਦ ਜੀ ਐਸਾ ਨਹੀਂ ਨਹੀਂ ਉਸਤਾਦ ਜੀ ਬਹੁਤ ਕਦੀ ਬੰਦਾ ਘੱਟ ਹੋ ਜਾਂਦਾ ਨਾ ਜੀ ਮਕੈਨਿਕ ਘੱਟ ਹੋ ਜਾਂਦਾ ਅਸਲ ਚ ਜਿਹੜੇ ਬੰਦੇ ਨੂੰ ਥੋੜਾ ਜਿਹਾ ਕੰਮ ਹੁੰਦਾ ਨਾ ਭੱਜ ਜਾਂਦਾ ਵਾਹ ਉਹ ਫਿਰ ਭਾਈ ਜਾਜ਼ਮਨ ਫੋਨ ਕਰਦੇ ਨੇ ਆ ਜਾ ਯਾਰ ਉਹ ਮੈਂ ਕਰਨਾ ਸਰ ਹੈ ਅੱਛਾ ਤੇ ਤੁਹਾਡੀ ਕੁਆਲਿਟੀ ਮਾਸ਼ਾਅੱਲਾ ਕੰਮ ਤਾਂ ਤੁਸੀਂ ਬਹੁਤ ਬਿਜ਼ੀ ਹੋ الحمدللہ ਬਹੁਤ ਬਿਜ਼ੀ ਹੋ ਟੈਲੀਵਿਜ਼ਨ ਤੇ ਵੀ ਫਿਲਮ ਤੇ ਵੀ ਮਤਲਬ ਮਤਲਬ ਤੁਸੀਂ ਜਨਾਜ਼ੇ ਤੇ ਵੀ ਟਰ ਜਾਂਦੇ ਹੋ ਕੋਈ ਐਸੀ ਗੱਲ ਹੈ ਜਾਣਾ ਚਾਹੀਦਾ ਸਰ ਨਹੀਂ ਮਤਲਬ ਤੁਸੀਂ ਤੁਹਾਡੇ ਕੋ ਕੋ ਡੇਢ ਲੈਣੀ ਪੈਂਦੀ ਦੋ ਤਿੰਨ ਮਰਨ ਵਾਲੇ ਬੰਦੇ ਵੀ ਤੁਹਾਡੇ ਕੋ ਆਏ ਨੇ ਕੋਈ ਡੇਢ ਦਾ ਸੋ ਕਿਹੜੀ ਡੇਢ ਤੇ ਮਰੀਏ ਠਾਕਰ ਸਾਹਿਬ ਤੁਸੀਂ ਆ ਜਾਓਗੇ ਉਹ ਤੁਹਾਡੇ ਬਿਜ਼ੀ ਹੋਣ ਦੀ ਗੱਲ ਕਰ ਰਹੇ ਠੀਕ ਹੈ ਜੀ ਤੇ ਬਿਜ਼ੀ ਤੇ ਤੁਸੀਂ ਬਹੁਤ ਮਾਸ਼ਾਅੱਲਾ ਤੁਸੀਂ ਹੈ ਉਹ ਤੇ ਫਿਰ ਬੜਾ ਲੰਮਾ ਮਤਲਬ ਟੈਲੀਵਿਜ਼ਨ ਤੇ ਵੀ ਤੁਸੀਂ ਬੜਾ ਕੰਮ ਕੀਤਾ ਹੈ ਅਰਜ਼ੀ ਵਿੱਚ ਕਿ ਬੱਚਿਆਂ ਨੂੰ ਟਾਈਮ ਦੇ ਪਾਉਂਦੇ ਪੂਰਾ ਜੀ ਸਰ ਮੇਰੇ ਬੱਚੇ ਮੇਰੇ ਨਾਲ ਬਹੁਤ ਨਹੀਂ ਕਈ ਵਕਤ ਹੁੰਦਾ ਹੈ ਕਿ ਤੁਸੀਂ ਥੀਏਟਰ ਤੇ ਮੁਲਾਕਾਤ ਕਰਦੇ ਹੋ ਤੁਸੀਂ ਇਹ ਵੀ ਕਹਿੰਦੇ ਹੋ ਕਿ ਯਾਰ ਮੈਨੂੰ ਅੱਜ 4 ਦਿਨ ਹੋ ਗਏ ਮੈਂ ਨਹੀਂ ਸੋਤਾ ਐਸਾ ਹੁੰਦਾ ਹੈ ਸਰ ਨਹੀਂ ਨਹੀਂ ਪੂਰੀ ਲਾਹੌਰ ਦੇ ਵਿੱਚ ਰਹਿ ਕੇ ਕਿਹੜਾ ਵੇਲਾ ਕਿ ਤੁਸੀਂ ਬੱਚਿਆਂ ਕੋਲ ਬੈਠੇ ਹੋ ਤੇ ਬੱਚਿਆਂ ਨੂੰ ਤੁਸੀਂ ਜ਼ਿਆਦਾ ਟਾਈਮ ਦਿੱਤਾ ਹੋਵੇ ਇਹ ਮੇਰਾ ਖਿਆਲ ਹੈ ਕਿ ਲਾਹੌਰ ਦੇ ਵਿੱਚ ਰਹਿ ਕੇ ਵੀ ਕਈ ਕਈ ਦਿਨ ਮੈਂ ਕਰ ਨਹੀਂ ਆ ਸਕਦਾ ਹੁੰਦਾ ਲੇਕਿਨ ਬੱਚਿਆਂ ਦੇ ਨਾਲ ਮੇਰੀ ਐਸੀ ਅੰਡਰਸਟੈਂਡਿੰਗ ਹੈ ਸਰ ਨਹੀਂ ਮੈਂ ਸਾਡੀ ਭਾਬੀ ਜਾਂ ਸਾਡੀ ਨੌ ਤੁਹਾਨੂੰ ਕਹਿੰਦੀ ਕਿ 5-6 ਦਿਨ ਕਰ ਨਹੀਂ ਜਾਣਾ ਨਹੀਂ 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 ਯਾ ਮਸਰੂਫੀ ਦੀ ਵਜ੍ਹਾ ਨਹੀਂ ਸਰ ਕੰਮ ਦੀ ਵਜ੍ਹਾ ਤੋਂ ਵੀ ਕਿਦਰੇ ਇੱਕ ਰਿਕਾਰਡਿੰਗ ਹੋ ਰਹੀ ਹੈ ਕਿਦਰੇ ਫਿਲਮ ਦਾ ਸ਼ੂਟ ਹੋ ਰਿਹਾ ਹੈ ਕਿਦਰੇ ਟੀਵੀ ਦਾ ਹੋ ਰਿਹਾ ਹੈ ਥੀਏਟਰ ਐਵਰੀ ਸਿੰਗਲ ਨਾਈਟ ਹੈ ਤੇ ਮੈਂ ਰੇਡੀਓ ਵੀ ਕਰਨਾ ਸਰ ਰੇਡੀਓ ਦੇ ਵੀ ਕੁਝ ਪ੍ਰੋਗਰਾਮ ਕਰਨਾ ਜਿਸ ਤਰ੍ਹਾਂ ਐਫਐਮ 95 ਪੰਜਾਬ ਰੰਗ ਅੱਛਾ ਜੀ ਪੰਜਾਬੀ ਚੈਨਲ ਹੈ ਇਸ ਵਾਸਤੇ ਕਰਨਾ ਕਿ ਲੋਕ ਟਰੈਵਲਿੰਗ ਦੇ ਦੌਰਾਨ ਸੁਣਦੇ ਨੇ ਫਿਰ ਮੇਰੇ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹ ਕਿਉਂਕਿ ਪੰਜਾਬ ਹੈ ਪੰਜਾਬੀ ਦੇ ਉਹ ਇਹਨਾਂ ਬੜੇ ਅੱਛੇ ਤਰੀਕੇ ਨਾਲ ਮੈਨੂੰ ਕਿਸ ਨੇ ਕਿਹਾ ਤੂੰ ਇਸ ਸੁਨੇ ਖਬਰ ਵੀ ਸੁਣਦੇ ਹੋ ਕਰਾਜੇ ਖਬਰ ਵੀ ਸੁਣਦੇ ਹੋ ਫਿਰ ਤੁਸੀਂ ਕੋਈ ਪਾਵੈਂਦੀ ਦੁਕਾਨ ਵੀ ਸਰੀ ਪਾਵੈਂਦੀ ਉਹਨੂੰ ਜਾ ਕੇ ਉਠਾਉਂਦੇ ਗੁੱਟ ਪੁੱਤਰ ਦੁਕਾਨ ਸਿੱਧੀ ਕਰ ਅਖਬਾਰ ਸੁਟਣ ਤੋਂ ਬਾਅਦ ਕਾਫੀ ਸਾਰੇ ਕਾਰੋਬਾਰ ਨੇ ਮਾਸ਼ਾਅੱਲਾ ਤੁਹਾਡੇ ਨਹੀਂ ਉਹ ਬਾਜ਼ੁਕਤ ਕੋਈ ਅਖਬਾਰ ਅਲਗਰ ਬਿਮਾਰ ਹੋਵੇ ਤਾਂ ਮੈਨੂੰ ਕਹਿ ਜਾਂਦਾ ਭਾਈ ਮੈਂ ਤਾਂ ਬੁਖਾਰ ਹੈਗਾ ਮੇਰੀ ਜਗ੍ਹਾ ਤੇ ਸੁੱਟਦੇ ਮੇਰੀ ਜਗ੍ਹਾ ਤੇ ਸੁੱਟਦੇ ਤੇ ਸੁੱਟਣ ਦਾ ਕੋਈ ਨਹੀਂ ਫਰਕ ਪੈਂਦਾ ਮੈਨੂੰ ਅੱਛਾ ਜੀ ਉਹ ਤੇ ਸਭ ਰਬੜ ਲਾ ਕੇ ਤੇ ਬਸਾਂ ਸੁੱਟਣੀ ਤੇ ਪਹੁੰਚ ਜਾਣੀ ਕੰਨ ਤੇ ਵਜੇ ਵਜੇ ਵਾਹ ਤੇ ਥੀਏਟਰ ਮਸ਼ਾਅਲਾ ਤੁਸੀਂ ਰੈਗੂਲਰ ਥੀਏਟਰ ਦੇ ਆਰਟਿਸਟ ਹੋਰ ਮੈਂ ਤੁਹਾਨੂੰ ਕਈ ਵਾਰੀ ਥੀਏਟਰ ਤੇ ਕੁੜਦੇ ਆ ਵੇਖਿਆ ਬਲਕਿ ਤੁਸੀਂ ਲੜਨ ਵਾਲੇ ਪੜਨ ਵਾਲੇ ਬੰਦੇ ਨਹੀਂ ਹੈਗੇ ਤੁਸੀਂ ਸ਼ਾਰਟ ਕਰਨ ਵਾਲੇ ਬੰਦੇ ਨਹੀਂ ਉੱਚਾ ਬੋਲਣ ਵਾਲੇ ਬੰਦੇ ਨਹੀਂ ਤੇ ਮਸ਼ਾਅਲਾ ਤੁਹਾਨੂੰ ਅੱਲਾ ਨੇ ਬਹੁਤ ਹੌਸਲਾ ਦਿੱਤਾ ਹੈ ਬੜੇ ਬਰਦਾਸ਼ਤ ਵਾਲੇ ਹੋ ਕਦੀ ਮੈਂ ਤੁਹਾਡੀ ਕਿਸੇ ਨਾਲ ਨਾਰਾਜ਼ਗੀ ਨਹੀਂ ਵੇਖੀ ਸਮ ਟਾਈਮ ਤੁਸੀਂ ਵੀ ਕਿਸੇ ਵੇਲੇ ਮਤਲਬ ਤਬੀਅਤ ਹੋ ਜਾਂਦੀ ਹੈ ਗੁੱਸੇ ਚ ਆ ਜਾਂਦੇ ਹੋ ਉਹ تھیਟਰ ਦਾ ਤੁਸੀਂ ਜਿਹੜਾ ਅਸਲ ਵਿੱਚ ਮੌਜੂਦਾ ਮਿਆਰ ਹੈ ਜਾਂ ਜੋ ਸੱڈن ਕਮ ਪਿਆ ਹੋ ਰਿਹਾ ਹੈ ਉਹਦੇ ਕਿੰਨੇ ਕੁ ਤੁਸੀਂ ਬੁੱਤਵੇਂਗੇ ਇਹ ਇਹਨੂੰ ਮਜ਼ੀਦ ਬਿਹਤਰ ਹੋਣਾ ਚਾਹੀਦਾ ਹੈ ਜਾਂ ਪਰਫੈਕਟ ਹੈ ਜਾਂ ਬੁਰਾ ਹੈ ਨਹੀਂ ਉਹ ਜਿਹੜਾ ਮੈਂ ਕੁੱੜਨਾ ਨਾ ਜੀ ਉਹ ਇਸੇ ਵਜ੍ਹਾ ਤੋਂ ਕੁੱੜਨਾ ਕਿ ਮਕਸਦ ਹਸਾਣਾ ਹੈਗਾ ਲੋਕਾਂ ਨੂੰ ਬਿਲਕੁਲ ਸਹੀ ਉਹਦੇ ਵਿੱਚ ਕੀ ਜ਼ਰੂਰਤ ਹੈ ਕੋਈ ਚੀਪ ਗੱਲ ਕਰਨ ਦੀ ਚੀਪ ਗੱਲ ਤੇ ਨਾ ਜੀ ਥੋੜੇ ਜਿ ਲੋਕ ਹੱਸਦੇ ਨੇ ਥੋੜੇ ਜਿ ਹੱਸਦੇ ਨੇ ਹੂੰ ਔਰ ਬਾਦ ਇਹ ਨਾ ਜੀ ਉਹ ਕਹਿੰਦੇ ਨੇ ਜੀ ਯਾਰ ਇਹ ਚੀਪ ਲੋਗ ਹੈ ਸਿਚੁਏਸ਼ਨ ਆ جاتی ਮੈਨੇ ਆਪਕੇ ਕਿਤਨੇ ਡਰਾਮੇ ਕੀਏ ਆ ਜ਼ਫਰੀ ਖਾਨ ਸਾਹਿਬ ਦੇ ਕਿੰਨੇ ਡਰਾਮੇ ਕੀਤੇ ਨੇ ਨਾਸਰ ਬਾਈ ਜੰਦੇ ਨਸੀਮ ਵਿੱਕੀ ਸਾਹਿਬ ਦੇ ਸਿਚੁਏਸ਼ਨ ਆ ਸਾਰੀ ਹੁੰਦੀ ਏ ਕੈਰੈਕਟਰ ਆ ਸਾਰਿਆ ਹੁੰਦਾ ਤੁਸੀਂ ਨਹੀਂ ਆ ਸਾਰੇ ਹੁੰਦੇ ਬਿਲਕੁਲ ਸਹੀ ਗੱਲ ਉਹ ਫਿਰ ਮੈਂ ਉਦੋਂ ਕੁੜਨਾ ਰੀਲ ਸਲ ਨਹੀਂ ਕੀਤੀ ਅਚਾਨਕ ਸਾਰੇ ਇਕੱਠੇ ਹੋ ਗਏ ਕਹਾਣੀ ਦਾ ਨਹੀਂ ਪਤਾ ਉਹ ਹੁਣ ਆਪਣਾ ਕੈਰੈਕਟਰ ਵਿੱਚ ਪੱਕਾ ਕਰਨ ਵਾਸਤੇ ਜਾਂ ਕੁਝ ਕੈਰੈਕਟਰ ਅਸ ਨੇ ਜਿਹੜੇ ਰੀਅਲ ਸਲ ਕਰਦੇ ਨੇ ਉਹ ਫਿਰ ਨਾ ਜੀ ਚੀਪ ਗੱਲ ਕਰ ਦਿੰਦੇ ਨੇ ਨਾ ਜੀ ਫਿਰ ਬੜਾ ਨੁਕਸਾਨ ਹੁੰਦਾ ਸਰ ਮੈਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਣਾ ਨਾ ਜੀ ਉਹ ਬੱਚੀਆਂ ਸਾਡੀਆਂ ਬੇਟੀਆਂ ਹੈਗੀਆਂ ਨੇ ਉਹ ਮਗਰ ਭਜਦੀਆਂ ਨੇ ਅੰਕਲ ਅੰਕਲ ਕਰਦੀਆਂ ਫਿਰ ਜਦੋਂ ਕਹਿੰਦੀਆਂ ਨੇ ਜੀ ਉੱਥੇ ਆਪ ਤਾਂ ਅੰਕਲ ਆਪ ਦਾ ਡਰਾਮਾ ਦੇਖਾਤਾ ਇਤਨਾ ਮਜ਼ਾ ਆ ਰਹਾ ਤਾਂ ਫਿਰ ਮੈਂ ਵੀ ਵਿੱਚ ਮੇ ਉਹ ਆ ਗਿਆ ਉਸਨੇ ਅਸੀਂ ਗੰਦੀ ਬਾਤ ਕੀਤੀ ਫਿਰ ਮੈਂਨੇ ਡਰਾਮਾ ਬੰਦ ਕਰ ਦਿਆ ਤਕਲੀਫ ਬੜੀ ਹੁੰਦੀ ਹੈ ਸਰ ਬੇਸਿਕਲੀ ਜਿਹੜੀ ਇਹ ਤਫਰੀਹ ਹੈ ਨਾ ਜੀ ਇਹਦੇ ਦੋ ਮਕਾਸਦ ਨੇ ਸਰ ਇੱਕ ਮਰਦ ਹਜ਼ਰਤ ਜਿਹੜੇ ਨੇ ਨਾ ਜੀ ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਹੈ ਕਿ ਕਮਾ ਕੇ ਲੈ ਆਣਾ ਬਿਲਕੁਲ ਜੀ ਕਿੰਨੀ ਮਿਹਨਤ ਕਰਦੇ ਨੇ ਹਰ ਬੰਦਾ ਮਿਹਨਤ ਕਰਦਾ ਸਵੇਰੇ 7:00 8:00 ਵਜੇ ਦੁਕਾਨ ਤੇ ਬੈਠਾ ਬਸਾਂ 'ਚ ਜਾ ਰਿਹਾ ਪੱਜਾ ਜਾ ਰਿਹਾ ਉਹਨੇ ਆ ਕੇ ਜਦੋਂ ਡਰਾਮਾ ਦੇਖਣਾ ਨਾ ਜੀ ਉਹਨੇ ਉਸ ਡਿਪਰੈਸ਼ਨ 'ਚੋਂ ਨਿਕਲਣਾ ਹੈ ਬਿਲਕੁਲ ਜੀ ਘਰ ਵਿੱਚ ਬੈ ਕੇ ਦੇਖੇਗਾ ਆਪਣੀ ਬੇਟੀ ਨਾਲ ਆਪਣੀ بیوی ਨਾਲ ਫੈਮਿਲੀ ਵਿੱਚ ਬੈ ਕੇ ਦੇਖੇਗਾ ਤੇ ਉਹਦਾ ਡਿਪਰੈਸ਼ਨ ਦੂਰ ਹੋ ਜਾਏਗਾ। ਅਗਰ ਚੀਪ ਗੱਲ ਕਰਦੇ ਤੇ ਉਹ ਟੈਨਸ ਹੋ ਜਾਏਗਾ। ਮੈਂ ਕਹਿੰਦਾ ਜੀ ਜਿੰਨੇ ਸਾਡੇ ਭੈਣ ਭਰਾ ਬਾਹਰ ਦੇ ਮੁਲਕਾਂ 'ਚ ਰਹਿੰਦੇ ਨੇ ਉਹਨਾਂ ਕੋਲ ਜਦੋਂ ਵੀ ਕੋਈ ਅਵੇਲਾ ਮਿਲਦਾ ਮੌਕਾ ਮਿਲਦਾ ਤੇ ਉਹ ਸਿਰਫ ਸਭ ਤੋਂ ਪਹਿਲੇ ਸਾਡਾ ਡਰਾਮਾ ਹੀ ਦੇਖਦੇ। ਤਫਰੀ ਤਫਰੀਕ ਕਰਦੇ ਨੇ ਹੱਸਦੇ ਨੇ ਥੋੜਾ ਰਿਲੈਕਸ ਹੁੰਦੇ ਨੇ ਕਹਿੰਦੇ ਤੁਹਾਨੂੰ ਵੇਖ ਲਈਦਾ ਰਿਲੈਕਸ ਹੋ ਜਾਈਦਾ ਸੌਂਜੀ ਦਾ ਜਾਂ ਫਰੈਸ਼ ਹੋ ਕੇ ਅਸੀਂ ਕੰਮ ਤੇ ਚਲੇ ਜਾਈਦਾ ਠੀਕ ਹੈ ਨਾ ਜੀ ਤੇ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਔਰ ਸਾਡੇ ਜਿਹੜੇ ਦੋਸਤ ਇਹੋ ਜੀ ਹਰਕਤ ਕਰਦੇ ਨੇ ਉਹ ਅੱਲਾਹ ਨੇ ਤਾਂ ਰਹਿਮ ਫਰਮਾਏ ਔਰ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਯਾਰ ਇਹ ਗੱਲ ਨਹੀਂ ਹੋਣੀ ਚਾਹੀਦੀ ਮਾਸ਼ਾਅੱਲਾ ਫਿਰ ਤੁਸੀਂ ਫਿਲਮ ਸਟਾਰ ਵੀ ਹੋਏ ਜੀ ਇਹ ਟਾਈਟਲ ਫਿਲਮਾਂ ਜੋ ਤੁਹਾਡੀ ਆਈ ਠਾਕਰ 420 ਸਾਲਾ ਸੌਰਾ ਜੁਆਈ ਤੁਹਾਡੇ ਟਾਈਟਲ ਸੀ ਵੋਟੀ ਲੈ ਕੇ ਜਾਣੀ ਫਿਲਮਾਂ ਤੋਂ ਤੁਸੀਂ ਮਾਸ਼ਾਅੱਲਾ ਕਾਫੀ ਕੀਤੀਆਂ ਨੇ ਫਿਰ ਤੁਹਾਨੂੰ ਹਿੰਦੁਸਤਾਨ ਚ ਚਲੇਗੇ ਤੁਸੀਂ अपना ਜਿਹੜੀ ਜੁਆਇੰਟ ਫਿਲਮ ਬਣੀ ਸਾਡੀ ਚੜਦਾ ਪੰਜਾਬ ਤੇ ਲਹਿੰਦਾ ਪੰਜਾਬ ਦੀ ਚੱਲ ਮੇਰਾ ਪੁੱਤ ਪਾਰਟ 1 ਪਾਰਟ 2 ਪਾਰਟ 3 ਅਗੋ ਪਾਰਟ 4 ਤੱਕ ਹੈ ਜਦੋਂ ਤੱਕ ਵੀ ਚੱਲੇ ਜੀ ਹਾਂਜੀ ਚਲੋ ਜਦੋਂ ਸਾਡੀ ਦੁਆ ਜੀ ਉਹ ਪਾਰਟ 50 ਤੱਕ ਚੱਲੇ ਹਾਂਜੀ ਹਾਂਜੀ ਮਾਸ਼ੱਲਾ ਉਹ ਪਹਿਲੀ ਫਿਲਮਾਂ ਵੇਖੀ ਬਹੁਤ ਅੱਛੀ ਫਿਲਮ ਸੀ ਦੂਸਰੀ ਵੀ ਅਸੀਂ ਦੇਖ ਨਹੀਂ ਸਕੇ ਕਿਉਂਕਿ ਉਹ ਕਰੋਨਾ ਆ ਗਿਆ ਤੇ ਮੇਰੇ ਖਿਆਲ ਫਿਲਮ ਰਹਿ ਗਈ ਔਰ ਇਤਨੀ ਪਜ਼ੀਰ ਆਈ ਮੈਂ ਬੜੇ ਅਰਸੇ ਬਾਅਦ ਸਿਨਮੇਚ ਇਤਨੀ ਆਡੀਅਸ ਤੇ ਇਤਨਾ ਰਸ਼ ਮੇ ਵਿਖਿਆ ਸਿਰਫ ਚੱਲ ਮੇਰਾ ਪੁਤਲੀ ਜੀ ਸਰ ਕਿ ਸਿਨਮਾ ਦੇ ਜਿਹੜੇ ਬੰਦੇ ਸਨ ਜਿਹੜਾ ਉੱਥੇ ਦੇ ਲੋਕ ਸਨ ਉਹ ਹੱਥ ਜੋੜ-ਜੋੜ ਕੇ ਕਹਿ ਰਹੇ ਸਨ ਸਾਡੇ ਹੱਥ ਬਜੇ ਵੇਖੋ ਜੀ ਫਿਲਮ ਨਹੀਂ ਰਿਲੀਜ਼ ਹੋ ਸਕਦੀ ਉਹ ਫਿਲਮ ਨਹੀਂ ਰਿਲੀਜ਼ ਹੋ ਸਕਦੀ ਠੀਕ ਹੈ ਉਹ ਖਬਰੇ ਕੀ ਮਸਲਾ ਸੀ ਕਿਉਂ ਨਹੀਂ ਰਿਲੀਜ਼ ਹੋ ਸਕੀ ਤੇ ਅਗੋ ਹੋਣੀਏ ਵੀ ਰਿਲੀਜ਼ ਤੇ ਤੁਸੀਂ ਅਗੋ ਵੀ ਕੰਮ ਕਰ ਰਹੇ ਸੀ ਉਹ ਤੁਹਾਡਾ ਤਜਰਬਾ ਜਿਹੜਾ ਰਿਹਾ ਉਥੇ ਉਸ ਪ੍ਰੋਡਕਸ਼ਨ ਨਾਲ ਕੰਮ ਕਰਨਾ ਪਾਕਿਸਤਾਨ ਦੀ ਪ੍ਰੋਡਕਸ਼ਨ ਜਿਹੜੀ ਕੰਮ ਕੀਤਾ ਉਸ ਪ੍ਰੋਡਕਸ਼ਨ ਜਿਹੜੀ ਕੰਮ ਕੀਤਾ ਇੱਥੇ ਤਾਂ ਡਾਇਰੈਕਟਰ ਨੇ ਕੰਮ ਕੀਤਾ ਉੱਥੇ ਦੇ ਡਾਇਰੈਕਟਰ ਨੇ ਕੰਮ ਕੀਤਾ ਉਹ ਕੋਈ ਉਹਦੇ ਵਿੱਚ ਕੀ ਫਰਕ ਲੱਗਿਆ ਤੁਹਾਨੂੰ ਇੱਕ ਆਇਆ ਕਿ ਇੱਕੋ ਜਿਹਾ ਕੰਮ ਹੋ ਰਿਹਾ ਜਾਂ ਇਹਦੇ ਵਿੱਚ ਕੋਈ ਫਰਕ ਹੈ ਨਹੀਂ ਸਰ ਫਰਕ ਤੇ ਹੈ ਜਿਹੜੇ ਚੜਦੇ ਪੰਜਾਬ ਦੇ ਲੋਕ ਨੇ ਨਾ ਜੀ ਉਹ ਬਹੁਤ ਹੀ ਕਮਰਸ਼ਲ ਲੋਕ ਨੇ ਸਰ ਉਹ ਬੜੀ ਤੇਜ਼ੀ ਨਾਲ ਬੜੀ ਮਜ਼ਬੂਤੀ ਨਾਲ ਬੜੀ ਬੜੇ ਪਾਵਰ ਨਾਲ ਕੰਮ ਕਰਦੇ ਨੇ ਇੱਥੇ ਮੈਂ ਦੇਖਿਆ ਸੈਦ ਨੂਰ ਸਾਹਿਬ ਦੀ ਪ੍ਰੋਡਕਸ਼ਨ ਜਿਹੜੀ ਹੁੰਦੀ ਹੈ ਨਾ ਜੀ ਉਹ ਲੱਗਦਾ ਹੈ ਕਿ ਇਹ ਇਹ ਇਹਦੇ ਵਿੱਚ ਨਾ ਜੀ ਲੋਕ ਜਿਹੜੇ ਕੰਮ ਕਰ ਰਹੇ ਨੇ ਮੁਹੱਬਤ ਨਾਲ ਮਿਹਨਤ ਨਾਲ ਕੰਮ ਕਰ ਰਹੇ ਨੇ ਇਹ ਕੁਝ ਕਰਨਾ ਚਾਹੁੰਦੇ ਨੇ ਕੁਝ ਦਿਖਾਣਾ ਚਾਹੁੰਦੇ ਨੇ ਹੂੰ ਚੜ੍ਹਦੇ ਪੰਜਾਬ ਦੇ ਜਿਹੜੇ ਸਾਡੇ ਪੈਣ ਪਰ ਆਏਗੇ ਨੇ ਉਹ ਚੁੱਕ ਸਾਨੂੰ ਇੰਤਹਾਈ ਮੁਹੱਬਤ ਕਰਦੇ ਨੇ ਉਹ ਇਸ ਤਰ੍ਹਾਂ ਹੀ ਹੁੰਦੇ ਨੇ ਜਿਸ ਤਰ੍ਹਾਂ ਵਿਛੜੇ ਨੇ ਕਿ ਦੋ ਵਿਛੜੇ ਜਦੋਂ ਆਪਣੇ ਸਾਹਮਣੇ ਆ ਜਾਣ ਤੇ ਕੀ ਹਾਲਤ ਹੁੰਦੀ ਬਿਲਕੁਲ ਸਰ ਨਾਲ ਉਹ ਬਹੁਤ ਮੁਹੱਬਤ ਕਰਦੇ ਨੇ ਜਿਹੜੀ ਤੁਸੀਂ ਪਹਿਲੇ ਗੱਲ ਕੀਤੀ ਹੈ ਨਾ ਸਰ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਫੈਮਲੀਆਂ ਆਏ ਨੇ ਸਾਡੇ ਪੰਜਾਬੀ ਉਰਦੂ ਫੈਮਲੀਆ ਉਹਦੇ ਚ ਚੜਦੇ ਪੰਜਾਬ ਦੇ ਲੋਕ ਜ਼ਿਆਦਾਤਰ ਬਾਹਰ ਨੇ ਕਿ ਉਹ ਉਹਨਾਂ ਦੀ ਤਫਰੀਹ ਪੰਜਾਬੀ ਸਟੇਜ ਡਰਾਮਾ ਹੀ ਰਾਕੇਸ਼ धवन ਸਾਹਿਬ ਜਿਨ੍ਹਾਂ ਨੇ ਇਹ ਫਿਲਮ ਲਿਖੀ ਹੈ ਉਹਨਾਂ ਨੇ ਪਹਿਲੇ ਦਿਨ ਹੀ ਕਿਹਾ ਸੀ ਕਿ ਚਲੇ ਦੇ ਇਹ 8 ਘੰਟੇ ਦੀ ਕਹਾਣੀ ਹੈ ਤੇ ਮੈਂ 2-2 ਘੰਟੇ ਕਰਕੇ ਸੁਣਾਣੀ ਵਾ ਅਗੋਂ ਤੁਸੀਂ ਸਾਡੀ ਦੁਆ ਹੈ ਕਿ ਉਹ ਪਸੂ ਪੜ ਚੱਲੇ ਆਮੀਨ ਕਿਉਂਕਿ ਮਾਂ ਬੋਲੀ ਹੈ ਨੀ ਪੰਜਾਬੀ ਸਾਡੀ ਮਾਂ ਬੋਲੀ ਜ਼ੁਬਾਨ ਹੈ ਤੇ ਮੇਰੇ ਖਿਆਲ ਮਾਂ ਬੋਲੀ ਜ਼ੁਬਾਨ ਲਈ ਚੜ੍ਹਦੇ ਪੰਜਾਬ ਵਾਲੇ ਬੜੀ ਖidmat ਕਰ ਰਹੇ ਨੇ ਬੜੀ ਖidmat ਕਰ ਰਹੇ ਨੇ ਬੜਾ ਪੈਸਾ ਵੀ ਇਨਵੈਸਟ ਕਰ ਰਹੇ ਨੇ ਔਰ ਇਹ ਵੇਲੇ ਦੀ ਮਜਬੂਰੀ ਵੀ ਹੈ ਕਿਉਂਕਿ ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੀ ਰੈਤਲ ਬੈਤਲ ਦੱਸਣਾ ਚਾਹੁੰਦੇ ਨੇ ਆਪਣਾ ਉਹ ਦੱਸਣਾ ਚਾਹੁੰਦੇ ਨੇ ਕਿ ਪੁੱਤਰ ਸਾਡੀਆਂ ਜਿਹੜਾ ਐ ਜ਼ਮੀਨ ਦੇ ਨਾਲ ਜੁੜੀਆਂ ਸੀ ਸਾਡੇ ਰਸਮੋ ਰਿਵਾਜ ਇਹ ਸਾਰਾ ਕੁਝ ਇੱਥੋਂ ਹੈ ਇਹ ਪੰਜਾਬ ਨੂੰ ਨਹੀਂ ਭੁੱਲਣਾ ਤੜਾ ਦਾਦਾ ਵੀ ਇੱਥੋਂ ਦਾ ਸੀ ਤੁਹਾਡੀ ਦਾਦੀ ਵੀ ਇੱਥੋਂ ਦੀ ਸੀ ਤੁਹਾਡਾ ਪਰਦਾਦਾ ਵੀ ਇੱਥੋਂ ਦਾ ਸੀ ਤੇ ਉਹ ਜਿਹੜੀ ਅਸੀਂ ਫਿਲਮ ਬਣਾ ਰਹੇ ਆ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਆਪਣੀਆਂ ਨਸਲਾਂ ਨੂੰ ਇਹ ਦੱਸੀਏ ਕਿ ਸਾਡਾ ਕਲਚਰ ਕੀ ਹੈ ਕਲਚਰ ਜਿਹੜਾ ਨਾ ਉਹ ਜ਼ਿੰਦਾ ਰਹਿਣਾ ਚਾਹੀਦਾ ਬੇਸ਼ੱਕ ਸਕਾਫਤ ਉਹ ਹਣ ਕਦੀ ਉਹ ਵਿਆਹ ਨਹੀਂ ਵੇਖੇ ਅਸੀਂ ਵਿਆਹ ਤੇ ਪਹਿਲੇ ਹੁੰਦੇ ਸਨ ਸ਼ਾਦੀਆਂ ਸਾਡੇ ਇਧਰ ਪੰਜਾਬ ਚ ਹੁੰਦੀਆਂ ਤੇ 8-8 ਦਿਨ 15-15 ਦਿਨ ਦੀ ਸ਼ਾਦੀ ਮੈਂ ਵੇਖੀ ਹੈ ਠੀਕ ਹੈ ਜੀ ਹੁਣ ਸ਼ਾਦੀ ਸਿਰਫ 2 ਘੰਟੇ ਦੀ ਰਹਿ ਗਈ ਸ਼ਾਦੀ ਹਾਲ ਜਾਂ ਸਕੇ ਭੈਣ ਭਰਾ ਜਿਹੜੇ ਨੇ 2 ਘੰਟੇ ਦੀ ਸ਼ਾਦੀ ਹਾਲ ਚਾਹੁੰਦੇ ਨੇ ਮਤਲਬ 2 ਘੰਟੇ ਪੂਰੇ ਨਹੀਂ ਹੁੰਦੇ ਪੌਣੇ 2 ਘੰਟੇ ਤੋਂ ਪਹਿਲੇ ਉਹ ਹਾਲ ਵਾਲੇ ਬੱਤੀਆਂ ਬੰਦ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਠਾਕੁਰ ਸਰ ਬਿੰਦਰ ਗਿੱਲ ਸਾਹਿਬ ਵੀ ਤੁਹਾਡੇ ਬੜੇ ਅچھے ਮਹਿੰਦਰ ਗਿੱਲ ਸਾਹਿਬ ਬੜੇ ਨਫੀਸ ਆਦਮੀ ਨੇ ਗੁਰਸ਼ਬਦ ਸਾਹਿਬ ਬਾਕੀ ਸਾਰਿਆਂ ਦੇ ਨਾਮ ਲੈਣਾ ਲਵਾਂਗੇ ਤੇ ਬੜਾ ਟਾਈਮ ਲੱਗ ਜਾਏਗਾ ਜੀ ਇਹ ਦੁਨੀਆਂ ਦੇ ਵਿੱਚ ਜਿਹੜੀਆਂ ਜ਼ੁਬਾਨਾਂ ਬੋਲੀਆਂ ਜਾਂਦੀਆਂ ਨੇ ਨਾ ਜੀ ਇਹਨਾਂ ਦੇ ਉੱਤੇ ਇੱਕ ਦਫਾ ਗੁਫ਼ਤਗੂ ਹੋ ਰਹੀ ਸੀ ਤੇ ਉੱਥੇ ਇਹ ਤੈਪ ਆਇਆ ਕਿ ਪੰਜਾਬੀ ਜ਼ੁਬਾਨ ਦੁਨੀਆਂ ਦੇ ਵਿੱਚ ਜਿੰਨੀਆਂ ਜ਼ੁਬਾਨਾਂ ਬੋਲੀਆਂ ਜਾਂਦੀਆਂ ਨੇ ਉਹਨਾਂ ਚ ਇੱਕ ਐਸੀ ਜ਼ੁਬਾਨ ਹੈ ਜਿਹਦਾ ਸਾਊਂਡ ਕੰਨ ਨੂੰ ਅੱਛਾ ਲੱਗਦਾ ਹੈ ਬਿਲਕੁਲ ਸਹੀ ਪੂਰੀ ਦੁਨੀਆ ਦੇ ਵਿੱਚ ਹਾਂ ਉਹਦੀ ਇੱਕ ਮਿਸਾਲ ਹੈ ਕਿ Nusrat Fateh Ali Khan ਸਾਹਿਬ ਨੇ ਜਦੋਂ ਗਾਇਆ ਪੰਜਾਬੀ ਜ਼ੁਬਾਨ ਦੇ ਵਿੱਚ ਵਾਹ ਤੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਜ਼ੁਬਾਨ ਨਹੀਂ ਵੀ ਸਮਝਦੇ ਸਨ ਉਹ ਮਸਤ ਹੋ ਗਏ ਉਹਦੀ ਵਜ੍ਹਾ ਐਸੀ ਪੰਜਾਬੀ ਜ਼ੁਬਾਨ ਦਾ ਸਾਊਂਡ ਸਭ ਤੋਂ ਅੱਛਾ ਹੈ ਪੰਜਾਬੀ ਜ਼ੁਬਾਨ ਦੇ ਵਿੱਚ ਮੁਹੱਬਤ ਔਰ ਰਿਸ਼ਤਿਆਂ ਦਾ ਇਤਰਾਮ ਬਹੁਤ ਹੈਗਾ ਬਿਲਕੁਲ ਮੁਹੱਬਤ ਜਿਹੜੀ ਹੈ ਨਾ ਜੀ ਉਦੋਂ ਤੱਕ ਨਹੀਂ ਹੋ ਸਕਦੀ ਜਦ ਤੱਕ ਇਤਰਾਮ ਨਾ ਹੋਵੇ ਬਿਲਕੁਲ ਸਹੀ ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋ ਮੈਂ ਬੇਸ਼ੱਕ ਬੇਸ਼ੱਕ ਪੰਜਾਬੀ ਜਿਹੜਾ ਨਾ ਜੀ ਇਹ ਰਿਸ਼ਤਿਆਂ ਦਾ ਇਤਰਾਮ ਬਹੁਤ ਕਰਦਾ ਇਹ ਆਪਣੀ ਮਾਂ ਦਾ ਆਪਣੇ ਬਾਪ ਦਾ ਆਪਣੇ ਭੈਣ ਭਰਾ ਦਾ ਆਪਣੇ ਦੋਸਤ ਔਰ ਰਿਸ਼ਤੇਦਾਰਾਂ ਦਾ ਇਤਰਾਮ ਬਹੁਤ ਕਰਦਾ ਇਸ ਵਾਸਤੇ ਦੀ ਸਕਾਫਤ ਦੁਨੀਆ ਦੇ ਵਿੱਚ ਸਭ ਤੋਂ ਮਜ਼ਬੂਤ ਔਰ ਪਾਵਰਫੁਲ ਹੈ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਨੇ ਜਿਸ ਇਲਾਕੇ ਦੇ ਵਿੱਚ ਵੀ ਰਹਿੰਦੇ ਨੇ ਉਹ ਪਾਵਰ ਚ ਹੋਣਗੇ ਬਿਲਕੁਲ ਸਹੀ ਕਿਉਂਕਿ ਉਹ ਇੱਕ ਦੂਜੇ ਦਾ ਇhtਰਾਮ ਬਹੁਤ ਕਰਦੇ ਨੇ ਵੀ ਦੇਖੋ ਸਾਡੇ ਪੰਜਾਬ ਵਿੱਚ ਨਾ ਇhtਰਾਮ ਵਾਲੇ ਰਿਸ਼ਤੇ ਹੀ ਬਹੁਤ ਨੇ ਇਹ ਸਾਡੇ ਦਾਦਾ ਜੀ ਨੇ ਜੀ ਇਹ ਸਾਡੇ ਅੱਬਾ ਜੀ ਨੇ ਜੀ ਇਹ ਸਾਡੇ ਤਾਇਆ ਜੀ ਨੇ ਜੀ ਹਰ ਨਾ ਜੀ ਲੱਗਦੀ ਇਹ ਸਾਡੇ ਚਾਚਾ ਜੀ ਨੇ ਜੀ ਇਹ ਸਾਡੇ ਪਣੋਈਆ ਜੀ ਨੇ ਜੀ ਇਹ ਸਾਡੇ ਜੁਆਈ ਜੀ ਨੇ ਜੀ ਹਾਂ ਜੀ ਠੀਕ ਹੈ ਜੀ ਬਾਕੀ ਲੋਕਾਂ ਦੇ ਮੇਰੇ ਖਿਆਲ ਇਹ ਕੋਈ ੜੀਆਂ ਰਸਮਾਂ ਨਹੀਂ ਹੈਗੀਆਂ ਮੇਰਾ ਖਿਆਲ ਹੈ ਜੀ ਵਾਲੇ ਰਿਸ਼ਤੇ ਨਹੀਂ ਹੈ ਠੀਕ ਹੈ ਜੀ ਇਹ ਇੱਥੇ ਜੀ ਵਾਲੇ ਰਿਸ਼ਤੇ ਬਹੁਤ ਜ਼ਿਆਦਾ ਨੇ ਮੈਂ ਇਫਤਖਰ ਠਾਕੁਰ ਸਾਬ ਤੁਹਾਡਾ ਬਹੁਤ ਮਸ਼ਹੂਰ ਤੁਸੀਂ ਮੈਨੂੰ ਵਕਤ ਦਿੱਤਾ ਅੱਲਾ ਤੁਹਾਨੂੰ ਸਲਾਮਤ ਰੱਖੇ ਆਬਾਦ ਸ਼ਾਦ ਰੱਖੇ ਇਸੇ ਤਰ੍ਹਾਂ ਹੀ ਹੱਸਦੇ ਰਹੋ ਵਸਦੇ ਰਹੋ ਤੇ ਖਿਦਮਤ ਕਰਦੇ ਰਹੋ ਤੇ ਮੈਂ ਨਰਵਾਦਾ ਕਰੂੰ ਹੁਣ ਹਾਜਤੇ ਜਾਓਗੇ ਤਾਂ ਨਾਲ ਲੈ ਕੇ ਜਾਣਾ ਇਨਸ਼ਾਅੱਲਾ ਇਨਸ਼ਾਅੱਲਾ ਇੱਕ ਵਾਰੀ ਫੇਰ ਤੁਹਾਡਾ ਨਾਲ ਅੱਲਾ ਦੇ ਘਰ ਚੱਲਾਂਗੇ ਦੁਨੀਆ ਦੇ ਬੜੇ ਸਫ਼ਰ ਅਸੀਂ ਇਕੱਠੇ ਵੀ ਕੀਤੇ ਨੇ ਔਰ ਵੈਸੇ ਹੀ ਦੁਨੀਆ ਦੇ ਬੜੇ ਸਫ਼ਰ ਕੀਤੇ ਨੇ ਜਿਹੜਾ ਤੁਹਾਡੇ ਨਾਲ ਅਸੀਂ ਮਦੀਨਾ ਸ਼ਰੀਫ ਔਰ ਖਾਨਾ ਕਾਬਾ ਦਾ ਸਫ਼ਰ ਕੀਤਾ ਹੈ ਉਹ ਮੈਨੂੰ ਮਰਦੇ ਦਮ ਤੱਕ ਨਹੀਂ ਭੁੱਲੇਗਾ ਮੈਂ ਤੁਹਾਡਾ ਬਹੁਤ ਮਸ਼ਕੂਰ ਆ ਨਾਜ਼ਰੀਨ ਮੈਨੂੰ ਤੇ ਇਫਤਖਾ ਠਾਕਰ ਸਾਹਿਬ ਨੂੰ ਇਜਾਜ਼ਤ ਦਿਓ ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ ਅੱਲਾ ਹਾਫਿਜ਼